ਲਿਖਿਆ ਜੋ ਲੇਖਾਂ ਵਿੱਚ ਉਹੀ ਤੈਨੂੰ ਮਿਲਣਾ, ਉਹਦੀ ਮਰਜ਼ੀ ਦੇ ਬਿਨਾਂ ਪੱਤਾ ਵੀ ਨਹੀਂ ਹਿਲਣਾ। ਲਿਖਿਆ ਜੋ ਲੇਖਾਂ ਵਿੱਚ ਉਹੀ ਤੈਨੂੰ ਮਿਲਣਾ, ਉਹਦੀ ਮਰਜ਼ੀ ਦੇ ਬਿਨਾਂ ਪੱਤਾ ਵੀ ਨਹੀਂ ਹਿਲਣਾ। ਉਹਦੇ ਹੱਥ ਜ਼ਿੰਦਗੀ ਦੀ ਡੋਰ, ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਅਤੇ ਕੱਲ੍ਹ ਨੂੰ ਹੋਰ, ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਅਤੇ ਕੱਲ੍ਹ ਨੂੰ ਹੋਰ। ਇੱਦੂ ਸ਼ਰੀਫ ਦੀਆਂ ਗਾਈਆਂ ਹੋਈਆਂ ਇਹਨਾਂ ਲਾਈਨਾਂ ਦੇ ਨਾਲ ਮੈਂ ਹਾਜ਼ਰ ਹਾਂ ਜੀ, ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਮੈਂ ਇਹ ਲਾਈਨਾਂ ਪਹਿਲਾਂ ਬੋਲੀਆਂ, ਇੱਦੂ ਸ਼ਰੀਫ ਨੂੰ ਸਾਡੇ ਬਹੁਤ ਸਾਰੇ ਦਰਸ਼ਕ ਜਾਣਦੇ ਹੋਣਗੇ। ਅਗਰ ਅਸੀਂ ਵਿਰਸੇ ਦੀ ਗੱਲ ਕਰੀਏ, ਢੱਡ ਸਰੰਗੀ ਦੀ ਗੱਲ ਕਰੀਏ, ਇੱਕ ਆਲਾ ਆਵਾਜ਼ ਦੀ ਗੱਲ ਕਰੀਏ, ਤਾਂ ਇੱਦੂ ਸ਼ਰੀਫ ਦਾ ਨਾਮ ਸਾਡੇ ਜ਼ਿਹਨ ਦੇ ਵਿੱਚ ਆ ਜਾਂਦਾ। ਪਰ ਸੰਗੀਤ ਜਗਤ ਦੀ ਇੱਕ ਬੜੀ ਦੁਖਦਾਈ ਖਬਰ ਹੈ ਕਿ ਅੱਜ ਜਾਣੀ ਕਿ ਉਹਨਾਂ ਦਾ 7 ਜਨਵਰੀ ਨੂੰ ਦੇਹਾਂਤ ਹੋ ਗਿਆ। ਉਹਨਾਂ ਦਾ ਚੰਡੀਗੜ੍ਹ ਦੇ ਵਿੱਚ ਮਨੀ ਮਾਜਰੇ ਰਹਿੰਦੇ ਸੀਗੇ, ਉੱਥੇ ਉਹਨਾਂ ਦਾ ਦੇਹਾਂਤ ਹੋ ਗਿਆ। ਸੋ ਬੜੇ ਦੁੱਖ ਦੀ ਗੱਲ ਹੈ। ਉਹਨਾਂ ਦੇ ਬੱਚੇ ਜਿਹੜੇ ਬੇਟੇ ਨੇ, ਉਹਨਾਂ ਦੀ ਮੈਂ ਵੀਡੀਓ ਵਗੈਰਾ ਦੇਖ ਰਿਹਾ ਸੀ, ਬੜੇ ਦੁਖੀ ਨੇ ਸਾਰੇ। ਪਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਸੰਗੀਤ ਦੀ ਗੱਲ ਕਰੀਏ, ਤਾਂ ਸੰਗੀਤ ਜਿਹੜਾ ਉਹਨਾਂ ਕੋਲੋਂ ਹੈਗਾ ਸੀਗਾ ਇੱਦੂ ਸ਼ਰੀਫ ਸਾਹਿਬ ਕੋਲੇ ਪਟਿਆਲਾ ਘਰਾਣੇ 'ਚੋਂ ਉਹ ਹੈਗੇ ਨੇ। ਉਹ ਕਹਿੰਦੇ ਜੀ ਅਸੀਂ ਮਰਦਾਨਾ ਦੇ ਵੰਸ਼ ਦੇ ਵਿੱਚੋਂ ਅੱਗੇ ਹੈਗੇ ਸੀਗੇ, ਸਾਨੂੰ ਇਹ ਆਸ਼ੀਰਵਾਦ ਮਿਲਿਆ ਸੀਗਾ ਕਿ ਜਾਓ ਦੁਨੀਆ ਦੇ ਕਿਸੇ ਵੀ ਕੋਨੇ ਤੁਸੀਂ ਜਾਓਗੇ ਤਾਂ ਲੋਕ ਤੁਹਾਨੂੰ ਪੂਜਣਗੇ। ਅਤੇ ਉਹ ਕਹਿੰਦੇ ਵੀ ਸਾਡੀ ਸੰਗੀਤ ਨੂੰ, ਸਾਡੀ ਆਵਾਜ਼ ਨੂੰ ਲੋਕਾਂ ਨੇ ਸਰਾਹਿਆ, ਪਰ ਸਾਨੂੰ ਜਿਹੜਾ ਰੋਟੀ ਪਾਣੀ ਦਾ ਜ਼ਰੀਆ ਉਹ ਕੋਈ ਨਹੀਂ ਹੋ ਪਾਇਆ। ਇੱਦੂ ਸ਼ਰੀਫ ਦੀ ਮੌਤ ਅਸੀਂ ਇਉਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਗੀਤ ਬੜੇ ਹਿੱਟ ਹੋਏ ਨੇ, ਪਰ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ। ਉਹ ਰੇੜਾ ਵਾਹੁੰਦੇ ਹੁੰਦੇ ਸੀ, ਕਹਿੰਦੇ ਉੱਥੇ ਤਾਂ ਉਹ ਪੰਮੀ ਬਾਈ ਨੇ ਜਦੋਂ ਸੁਣਿਆ ਕਿਤੇ ਤਾਂ ਉਹਨਾਂ ਨੇ ਮੁੜ ਕੇ ਉਹਨਾਂ ਨੂੰ ਉਕਸਾਇਆ ਵੀ ਤੁਸੀਂ ਗਾਓ। ਫਿਰ ਉਹਨਾਂ ਨੇ ਸਰੰਗੀ ਵਗੈਰਾ ਸ਼ੁਰੂ ਕੀਤੀ, ਪਰ ਪਿਛਲੇ ਕਾਫੀ ਸਾਲਾਂ ਤੋਂ ਬਿਮਾਰ ਚੱਲ ਰਹੇ ਸੀਗੇ। ਮਨੀ ਮਾਜਰਾ ਸ਼ਹਿਰ ਪੈਂਦਾ ਚੰਡੀਗੜ੍ਹ ਦੇ ਨਾਲ ਹੀ, ਵੈਸੇ ਚੰਡੀਗੜ੍ਹ ਦੇ ਵਿੱਚ ਹੀ ਪੈ ਜਾਂਦਾ ਉਹ। ਚੰਡੀਗੜ੍ਹ ਦੇ ਜਿਹੜੇ 22 ਪਿੰਡ ਨੇ ਉਹਨਾਂ ਦੇ ਵਿੱਚੋਂ ਇੱਕ ਉਹ ਵੀ ਹੈਗਾ। ਉਹਦੀਆਂ ਭੀੜੀਆਂ ਗਲੀਆਂ ਦੇ ਵਿੱਚ 2 ਕਮਰਿਆਂ ਦੇ ਇੱਕ ਫਲੈਟ ਦੇ ਵਿੱਚ, ਮਕਾਨ ਦੇ ਵਿੱਚੋਂ ਰਹਿੰਦੇ ਸੀ। 2 ਮਰਲੇ ਜਗ੍ਹਾ ਹੈਗੀ ਆ ਉਹ, ਅਤੇ ਉੱਥੇ ਜਿਸ ਕਮਰੇ 'ਚ ਇਹ ਬੈਠਦੇ ਪੈਠਦੇ ਤਾਂ ਉਸੇ 'ਚ ਹੀ ਰਸੋਈ ਵਗੈਰਾ ਸੀਗੀ। ਅਸੀਂ ਗਏ ਹੋਏ ਹਾਂ ਇਹਨਾਂ ਦੇ ਘਰ, ਕਾਫੀ ਦੇਰ ਪਹਿਲਾਂ ਗਏ ਸੀ ਅਸੀਂ, ਲਗਭਗ ਮੇਰੇ ਖਿਆਲ 2-5-6 ਸਾਲ ਪਹਿਲਾਂ ਦੀ ਗੱਲ ਹੈ। ਗਏ ਸੀ ਮਿਲਣ ਵਾਸਤੇ, ਸਾਡੇ ਕੋਲ ਦੋਸਤ ਮਿੱਤਰ ਆਏ ਸੀ ਅਤੇ ਗੱਲਾਂ ਬਾਤਾਂ ਕਾਫੀ ਹੋਈਆਂ ਸੀਗੀਆਂ। ਪਰ ਮੈਨੂੰ ਇਹ ਨਹੀਂ ਸਮਝ ਆਉਂਦੀ, ਅਸੀਂ ਅਕਸਰ ਗੱਲ ਕਰੀਦੀ ਆ, ਇਹਨਾਂ ਨੇ ਵੀ ਜਿਹੜਾ ਗਾਣਾ ਗਾਇਆ ਵੀ ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਅਤੇ ਕੱਲ੍ਹ ਨੂੰ ਹੋਰ, ਸ਼ਾਇਦ ਇਹ ਇਹਨਾਂ 'ਤੇ ਨਹੀਂ ਬਾਲਾ ਫਿੱਟ ਬੈਠਿਆ। ਇਹਨਾਂ ਦੇ ਰੰਗ ਅਗਰ ਗਰੀਬੀ ਪੱਖੋਂ ਕਰੀਏ, ਗੁਰਬਤ ਪੱਖੋਂ ਕਰੀਏ, ਤਾਂ ਇਹਨਾਂ ਦੇ ਰੰਗ ਉਹੀ ਰਹੇ ਜੋ ਇਹਨਾਂ ਦੇ ਹਮੇਸ਼ਾ ਸੀ, ਸ਼ੁਰੂ ਤੋਂ ਸੀ। ਇੱਥੇ ਸ਼ਾਇਦ ਮੈਂ ਕਹਿੰਦਾ ਵੀ ਕਿਤੇ ਨਾ ਕਿਤੇ ਕਿਸਮਤ ਦਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਕਿ ਕਿਸਮਤ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ, ਹਾਲਾਂਕਿ ਉਹਨਾਂ ਕੋਲ ਇੰਨਾ ਜ਼ਿਆਦਾ ਟੈਲੈਂਟ ਸੀ ਕਿ ਉਹ, ਜਾਂ ਫਿਰ ਕਿਸਮਤ ਦੀ ਗੱਲ ਕਰ ਲਈਏ, ਜਾਂ ਇਉਂ ਕਹਿ ਲਈਏ ਕਿ ਉਹ ਵਧੀਆ ਪਲੈਨਿੰਗ ਨਹੀਂ ਕਰ ਸਕੇ। ਅੱਜ ਦੇ ਜ਼ਮਾਨੇ ਦੇ ਵਿੱਚ ਚੀਜ਼ ਅਗਰ ਵੇਚਣੀ ਹੈ ਤਾਂ ਪ੍ਰੈਜੈਂਟੇਸ਼ਨ ਦੀ ਲੋੜ ਹੁੰਦੀ ਹੈ। ਚੀਜ਼ ਤੁਹਾਡੇ ਕੋਲ ਜਿੰਨੀ ਮਰਜ਼ੀ ਵਧੀਆ, ਅਗਰ ਪ੍ਰੈਜੈਂਟੇਸ਼ਨ ਨਹੀਂ ਹੋ ਸਕੀ ਅਤੇ ਉਹਨੂੰ ਢੰਗ ਦੀ ਲੋਕਾਂ ਦੇ ਵਿੱਚ ਪੇਸ਼ ਨਹੀਂ ਕਰ ਸਕੇ ਤਾਂ ਉਹਦਾ ਕੋਈ ਫਾਇਦਾ ਨਹੀਂ, ਚਾਹੇ ਕੋਈ ਵੀ ਪ੍ਰੋਡਕਟ ਹੋਵੇ। ਤਾਂ ਮੇਰੇ ਖਿਆਲ ਦੇ ਵਿੱਚ ਇਹਨਾਂ ਦੇ ਵਿੱਚ ਵੀ ਇੱਦਾਂ ਹੀ ਹੈ। ਉਹਨਾਂ ਦੇ 3 ਮੁੰਡੇ ਨੇ, ਉਹ ਕਹਿੰਦੇ ਜੀ ਸਾਨੂੰ ਤਾਂ 10,000 ਦੀ ਕਿਤੇ ਨੌਕਰੀ ਵੀ ਨਹੀਂ ਮਿਲਦੀ, 10,000 ਦੀ ਨੌਕਰੀ ਲੈਣ ਦੀ ਕੋਸ਼ਿਸ਼ ਕਰੀਏ ਉਹ ਵੀ ਨਹੀਂ ਮਿਲਦੀ। ਪੰਜਾਬ ਸਰਕਾਰ ਨੇ ਕਾਫੀ ਦੇਰ ਉਹਨਾਂ ਦੇ, ਮੇਰੇ ਖਿਆਲ 1,00,000 ਰੁਪਈਆ ਦਿੱਤਾ ਸੀ, ਬਾਦਲ ਸਾਹਿਬ ਨੇ ਦਿੱਤਾ ਸੀਗਾ। ਹੋਰ ਵੀ ਕਾਫੀ ਜਿਹੜੇ ਹੈਗੇ ਨੇ ਦੇਵ ਤਰੀਕੇ ਵਾਲੇ ਜਿਹੜੇ, ਉਹਨਾਂ ਨੇ ਵੀ ਪੈਸੇ ਦਿੱਤੇ ਸੀ 50,000 ਇਲਾਜ ਵਾਸਤੇ, ਪਰ ਫਿਰ ਵੀ ਇਲਾਜ ਪੂਰਾ ਨਹੀਂ ਪਿਆ ਉਹਨਾਂ ਦਾ। ਅਤੇ ਗੱਲ ਕਰੀਏ ਉਹਨਾਂ ਦੀ ਅਗਰ ਗਾਇਕੀ ਦੀ, ਤਾਂ ਕਹਿੰਦੇ ਵੀ ਰਾਜੀਵ ਗਾਂਧੀ ਕਿਤੇ ਆਏ ਸੀਗੇ ਚੰਡੀਗੜ੍ਹ, ਉਹ ਜਦੋਂ ਇਹ ਗਾ ਰਹੇ ਸੀ ਇੱਦੂ ਸ਼ਰੀਫ ਸਾਹਿਬ, ਅਤੇ ਉਹ ਉੱਥੇ ਹੀ ਖੜ੍ਹੇ ਹੀ ਸੁੰਨ ਹੋ ਗਏ ਸੀ, ਅਤੇ 1.5 ਘੰਟਾ ਰਾਜੀਵ ਗਾਂਧੀ ਕਹਿੰਦੇ ਵੀ ਖੜ੍ਹੇ ਰਹੇ ਸੀ ਉੱਥੇ ਇਹਨਾਂ ਦੀ ਸਾਰੰਗੀ ਸੁਣਨ ਵਾਸਤੇ। ਸਾਰੰਗੀ ਦੇ ਬਹੁਤ ਹੀ ਮਾਹਿਰ ਸੀਗੇ, ਬੰਦੇ ਵੀ ਵਧੀਆ ਸੀਗੇ, ਪਰ ਹੋ ਸਕਦਾ ਕਿਤੇ ਨਾ ਕਿਤੇ ਪਲੈਨਿੰਗ ਦੀ ਘਾਟ, ਜਾਂ ਫਿਰ ਉਹੀ ਗੱਲ ਆ ਗਈ ਵੀ ਉਹਦੀ ਮਰਜ਼ੀ ਦੇ ਬਿਨਾਂ ਪੱਤਾ ਵੀ ਨਹੀਂ ਹਿਲਦਾ। ਅਤੇ ਉਹਦੀ ਮਰਜ਼ੀ ਇਹ ਨਹੀਂ ਸੀ ਕਿ ਤੁਸੀਂ ਠੀਕ ਹੈ, ਤੁਹਾਡੀ ਸੰਗੀਤ ਦੀ ਜਿਹੜੀ ਬੱਲੇ ਬੱਲੇ ਹੈ, ਆਵਾਜ਼ ਦੀ ਵਾਹਵਾ ਵਾਹਵਾ ਹੁੰਦੀ ਹੈ, ਪਰ ਉਹਨਾਂ ਨੂੰ ਪੈਸਾ ਉਹਨਾਂ ਦੀ ਕਿਸਮਤ ਦੇ ਵਿੱਚ ਸ਼ੁਰੂ ਤੋਂ ਹੀ ਨਾ ਸੀਗਾ ਅਤੇ ਨਾ ਹੋਇਆ। ਹੁਣ ਗਾਂ ਅੱਗੇ ਮੁੰਡਿਆਂ ਦੀ ਕਿਸਮਤ, 3 ਮੁੰਡੇ ਨੇ ਵੈਸੇ, ਸੋਚਣ ਵਾਲੀ ਗੱਲ ਹੈ, ਜਵਾਨ ਮੁੰਡੇ ਨੇ ਜਿਹੜੇ ਕਹਿੰਦੇ ਵੀ ਸਾਡੇ ਬੇਟੀ ਉਹਨਾਂ ਦੀ ਮੁੰਡੇ ਦੀ ਜਿਹੜੀ ਇੱਦੂ ਸ਼ਰੀਫ ਸਾਹਿਬ ਦੀ ਪੋਤੀ ਹੈ, ਵੀ ਉਹਦੀ ਫੀਸ ਨਾ ਦੇਣ ਕਰਕੇ 3 ਵਾਰ ਨਾ ਸਕੂਲ 'ਚੋਂ ਕੱਟਿਆ ਗਿਆ। ਪਰ ਸੋਚਣ ਵਾਲੀ ਗੱਲ ਇਹ ਹੈ ਵੀ ਜੇ ਕਿੱਥੇ ਕਮੀ ਕਿੱਥੇ ਰਹੀ ਹੋਏਗੀ। ਜਵਾਨ ਮਤਲਬ ਮੁੰਡੇ 25-25-30 ਸਾਲ ਦੇ ਤਕੜੇ ਮੁੰਡੇ, ਤਕੜੇ ਐਨ ਵਧੀਆ ਕਹਿੰਦੇ ਕਹਾਉਂਦੇ, ਬਹੁਤ ਵਧੀਆ ਆਵਾਜ਼ ਹੈ, ਫਿਰ ਵੀ ਕਿੱਥੇ ਕਮੀ ਰਹੀ ਕਿ ਉਹਨਾਂ ਦੀ ਆਵਾਜ਼ ਵਿਕ ਨਹੀਂ ਸਕੀ, ਉਹਨਾਂ ਨੂੰ ਪੈਸਾ ਨਹੀਂ ਮਿਲ ਸਕਿਆ, ਉਹ ਪ੍ਰੋਫੈਸ਼ਨਲੀ ਪ੍ਰੋਗਰਾਮ ਨਹੀਂ ਕਰ ਸਕੇ, ਜਾਂ ਕਿੱਥੇ ਕਮੀ ਹੈ ਕਿ ਉਹ ਕੰਮ ਕੋਈ ਨਹੀਂ ਕਰਦੇ।
ਜਦਕਿ ਜੇ ਗਾਇਕੀ ਵਿੱਚ ਕੰਮ ਨਹੀਂ ਚੱਲਿਆ ਤਾਂ ਕਈ ਵਾਰ ਅਸੀਂ ਇਹ ਵੀ ਸੋਚ ਲਏ ਯਾਰ ਸਾਡੇ ਹੁਣ ਚਾਰ ਗਾਣੇ ਆ ਗਏ, ਗਾਣੇ ਬੜੇ ਵਧੀਆ ਆਏ ਉਹਨਾਂ ਦੇ, ਚਾਰ ਗਾਣੇ ਆ ਗਏ ਆ ਅਤੇ ਅਸੀਂ ਹੁਣ ਸਾਨੂੰ ਅਸੀਂ ਯਾਰ ਹੁਣ ਕੰਮ ਕਰਦੇ ਫਿਰਾਂਗੇ। ਇਹ ਵੀ ਪੰਜਾਬ ਦੇ ਵਿੱਚ ਬੜੀ ਵੱਡੀ ਗੱਲ ਹੈਗੀ, ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਸਿੰਗਰ ਹੈਗੇ ਨੇ ਉਹ ਵੀਕਡੇ 'ਚ ਕੰਮ ਕਰਦੇ ਨੇ, ਵੀਕਐਂਡ 'ਤੇ ਆਪਣੇ ਪ੍ਰੋਗਰਾਮ ਕਰਦੇ ਨੇ। ਪੰਜਾਬ ਦੀ ਇੱਕ ਇਹ ਵੀ ਪ੍ਰੋਬਲਮ, ਇਹ ਵੀ ਕਿਤੇ ਨਾ ਕਿਤੇ ਆੜੇ ਆਈ ਹੋ ਸਕਦੀ ਆ ਇਹਨਾਂ ਦੇ, ਜਾਂ ਆ ਰਹੀ ਹੋਵੇਗੀ। ਪਰ ਮੁੱਖ ਦੀ ਗੱਲ ਇਹ ਹੈ ਜੀ, ਆਪ ਮਰੇ ਸਵਰਗ ਮਿਲਣਾ ਹੈ। ਅਸੀਂ ਇਹ ਸੋਚੀਏ ਵੀ ਗੁਆਂਢੀ ਸਾਡਾ ਮਰ ਜਾਏ ਤਾਂ ਸਵਰਗ ਸਾਨੂੰ ਮਿਲ ਜਾਏ, ਤਾਂ ਇਹ ਕਦੇ ਨਹੀਂ ਹੁੰਦਾ, ਇਹ ਸਿਆਣੇ ਕਹਿੰਦੇ ਨੇ। ਪਰ ਮੈਂ ਇੱਕ ਜ਼ਰੂਰ ਤੁਹਾਡੇ ਨਾਲ ਇਦੂ ਸ਼ਰੀਫ ਸਾਹਿਬ ਦਾ ਗਾਣਾ ਜ਼ਰੂਰ ਸਾਂਝਾ ਕਰਨਾ ਚਾਹੁੰਦਾ, ਵੈਸੇ ਖਬਰਾਂ ਵੀ ਮੇਰੇ ਕੋਲ ਬੜੀਆਂ ਵਧੀਆ ਹੈਗੀਆਂ। ਪਰ ਮੈਂ ਇੱਕ ਗੀਤ ਜਿਹੜਾ ਹੈਗਾ ਜ਼ਿੰਦਗੀ ਦੇ ਰੰਗ ਸੱਜਣਾ, ਇਹ ਆਇਆ ਸੀ ਤੇਰਾ ਮੇਰਾ ਕੀ ਰਿਸ਼ਤਾ ਫਿਲਮ ਇੱਕ ਆਈ ਸੀ ਜਿੰਮੀ ਸ਼ੇਰਗਿੱਲ ਦੀ, ਮਿੰਨੂ ਢਿੱਲੋਂ ਵੀ ਉਹਦੇ ਵਿੱਚ ਹੈਗੇ ਨੇ, ਉਸ ਫਿਲਮ ਦਾ ਗੀਤ ਸੀਗਾ, ਥੋੜ੍ਹਾ ਜਿਹਾ ਤੁਹਾਡੇ ਨਾਲ ਸਾਂਝਾ ਕਰਦਾ, ਉਸ ਤੋਂ ਬਾਅਦ ਬਾਕੀ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ। ਇਦੂ ਸ਼ਰੀਫ ਸਾਹਿਬ ਨੂੰ ਅਸੀਂ ਸ਼ਰਧਾਂਜਲੀ ਦਿੰਦੇ ਹਾਂ, ਸਾਡਾ ਜਸ ਪੰਜਾਬੀ ਅਦਾਰਾ ਉਹਨਾਂ ਦੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੈ। ਔਰ ਜਿਹੜੀ ਕੋਸ਼ਿਸ਼ ਦੀ ਗੱਲ ਹੈ ਕਿ ਅਸੀਂ ਕੰਮ ਕਰ ਸਕਦੇ ਜਿਹੜਾ ਉਹਨਾਂ ਵਾਸਤੇ, ਉਹ ਇਹੀ ਹੈ ਕਿ ਅਸੀਂ ਉਹਨਾਂ ਨੂੰ ਪ੍ਰਮੋਟ ਕਰ ਸਕਦੇ, ਦਿਖਾ ਸਕਦੇ, ਬਾਕੀ ਕਰਨਾ ਕਰਾਉਣਾ ਉਹਨਾਂ ਨੂੰ ਪਏਗਾ, ਜਾਂ ਫਿਰ ਉਹਨਾਂ ਦੀ ਜੇ ਅਸੀਂ ਕਿਸਮਤ ਦੀ ਕਿਤੇ ਗੱਲ ਕਰਦੇ ਹਾਂ, ਵੈਸੇ ਅਸੀਂ ਕਹਿੰਦੇ ਰਹੀਦਾ ਕਿਸਮਤ ਦੀ ਮਤ ਯਕੀਨ ਕਰ ਆਪਣੇ ਹੱਥ ਕੀ ਲਕੀਰੋਂ ਪਰ ਨਸੀਬ ਤੋਂ ਉਨਕੇ ਵੀ ਹੋਤੇ ਹਨ ਜਿਨ੍ਹਾਂ ਕੇ ਹੱਥ ਹੀ ਨਹੀਂ ਹੋਤੇ, ਅਸੀਂ ਕਹਿੰਦੇ ਰਹੀਦਾ ਅਕਸਰ ਇੱਥੇ। ਅਤੇ ਜਾਂ ਫਿਰ ਅਸੀਂ ਕਹਿੰਦੇ ਰਹੀਦਾ ਮੰਜ਼ਿਲ ਉਨ੍ਹੀਂ ਕੋ ਮਿਲਤੀ ਹੈ ਜਿਨਕੇ ਸਪਨੋ ਮੇਂ ਜਾਨ ਹੋਤੀ ਹੈ, ਪੰਖ ਸੇ ਕੁਛ ਨਹੀਂ ਹੋਤਾ, ਹੌਸਲੇ ਸੇ ਉਡਾਨ ਹੋਤੀ ਹੈ। ਸੋ ਇਹ ਚੀਜ਼ਾਂ ਵੀ ਨਾਲ ਨਾਲ ਚੱਲਦੀਆਂ ਨੇ, ਨਾਲ ਨਾਲ ਹੈਗੀਆਂ ਨੇ, ਨਾਲ ਨਾਲ ਇਹ ਵੀ ਸੱਚਾਈ ਹੈਗੀ ਆ। ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਅਤੇ ਕੱਲ੍ਹ ਨੂੰ ਹੋਰ। ਸਾਡੇ ਇੱਥੇ ਬੇ ਏਰੀਏ 'ਚ ਐੱਸ ਅਸ਼ੋਕ ਭੌਰਾ ਜੀ ਰਹਿੰਦੇ ਨੇ, ਉਹ ਅਕਸਰ ਅਸੀਂ ਕੋਈ ਕਲਾਕਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਫਿਰ ਨਾਲ ਜ਼ਰੂਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰੀਏ। ਬੜੇ ਲੰਬੇ ਸਮੇਂ ਤੋਂ ਕਲਾਕਾਰਾਂ 'ਚ ਵਿਚਰਦੇ ਨੇ। ਭੌਰਾ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਜੀ। ਹਾਂ ਜੀ, ਸਤਿ ਸ਼੍ਰੀ ਅਕਾਲ ਜੱਗੀ ਜੀ, ਤੇ ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ ਜੀ। ਜੀ ਇਦੂ ਸ਼ਰੀਫ ਸਾਹਿਬ ਜੀ, ਦੇਖੋ ਜੀ ਆਵਾਜ਼ ਉਹਨਾਂ ਦੀ ਵੈਸੇ ਸਾਡੇ ਦਿਲਾਂ ਦੇ ਵਿੱਚ ਜ਼ਿੰਦਾ ਹੈਗੀ, ਪਰ ਉਹ ਸਾਨੂੰ ਛੱਡ ਗਏ ਨੇ। ਤੇ ਤੁਸੀਂ ਤੁਹਾਡਾ ਤੇ ਅਕਸਰ ਸਾਰੇ ਕਲਾਕਾਰਾਂ ਨਾਲ, ਈਵਨ ਗੱਲ ਕਰੀਏ ਪੁਰਾਣੇ ਤੋਂ ਪੁਰਾਣੇ ਤੇ ਨਵੇਂ ਤੋਂ ਨਵੇਂ ਕਲਾਕਾਰਾਂ ਨਾਲ ਵਾਹ ਵਾਸਤਾ ਤੁਹਾਡਾ ਅਕਸਰ ਰਿਹਾ। ਤੇ ਇਦੂ ਸ਼ਰੀਫ ਸਾਹਿਬ ਦੀ ਮੌਤ ਬਿਮਾਰੀ ਦਾ ਇਲਾਜ ਨਾ ਹੋਰ ਕਾਰਨ ਹੋਈ ਹੈ, ਇੰਨੀ ਵਧੀਆ ਆਵਾਜ਼, ਇੰਨੀ ਵਧੀਆ ਆਵਾਜ਼ਾਂ ਉਹਨਾਂ ਦੇ ਮੁੰਡਿਆਂ ਦੀਆਂ, ਫਿਰ ਇਹਦੇ ਕੀ ਕਾਰਨ ਸਮਝਦੇ ਤੁਸੀਂ? ਦੇਖੋ ਜੱਗੀ ਜੀ, ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਜਦ ਜਿਸ ਦਿਨ ਜਸਵੰਤ ਭੰਗੜਾ ਜੀ ਗਏ ਸੀ, ਮੈਂ ਉਦਣ ਵੀ ਇੱਕ ਬੜਾ ਲੰਬਾ ਲੇਖ ਹੈ ਜੀ ਲਿਖਿਆ ਸੀਗਾ, ਕੋਈ ਪ੍ਰਾਸ ਮਾਕਰੋ ਸੈਂਸ ਸੋਰੀ। ਤੁਸੀਂ ਭਰੋ ਸਾਹਿਬ ਇੱਕ ਮਿੰਟ, ਸਪੀਕਰ ਫੋਨ ਤਾਂ ਲਾਇਆ ਹੋਇਆ? ਨਹੀਂ ਨਹੀਂ, ਥੋੜਾ ਜਿਹਾ ਦੇਖੋ ਕਰਕੇ ਕੁਛ। ਨਹੀਂ ਹਾਂਜੀ, ਮੈਂ ਜਿੱਦਣ ਨਾ ਬਾਕਰ ਹੁਸੈਨ ਹੋਰੀ ਗਏ ਸੀ, ਮੈਂ ਉਦਣ ਕਿਹਾ ਸੀ ਕਿ ਪਟਿਆਲਾ ਘਰਾਣੇ ਦੀ ਆਖਰੀ ਕੰਧ ਵੀ ਡਿੱਗ ਪਈ। ਹਾਏ 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 ਹਾਏ। ਜਿੱਦਣ ਇਦੂ ਸ਼ਰੀਫ ਜੀ ਗਏ ਨੇ ਤੇ ਸਮਝ ਲਓ ਵਿਰਾਸਤੀ ਸੰਗੀਤ ਨੂੰ ਡੱਕ, ਮਤਲਬ ਜਿਹਨੂੰ ਕਹਿੰਦੇ ਸੰਨ ਲੱਗ ਗਈ, ਬ੍ਰੇਕਾਂ ਲੱਗ ਗਈਆਂ, ਬ੍ਰੇਕਾਂ ਲੱਗ ਗਈਆਂ। ਇਸ ਇਦੂ ਸ਼ਰੀਫ ਨਹੀਂ ਪੈਦਾ ਹੋਣਗੇ, ਪੈਸੇ ਵਾਲੇ ਹੋਰ ਲੋਕ ਬੜੇ ਪੈਦਾ ਹੋਣਗੇ। ਜਿਹੜਾ ਤੁਹਾਡਾ ਸਵਾਲ ਹੈ ਜੀ, ਅਸਲ 'ਚ ਪੰਜਾਬ ਦਾ ਇੱਕ ਸਭ ਤੋਂ ਵੱਡਾ ਦੁਖਾਂਤ ਇਸ ਵੇਲੇ ਆ ਵੀ ਜੇ ਕਲਾਕਾਰਾਂ ਦੀ ਇੱਜ਼ਤ ਹੁੰਦੀ ਹੁੰਦੀ, ਕਲਾਕਾਰਾਂ ਦੀ ਕਲਾ ਦਾ ਮੁੱਲ ਪਾਇਆ ਹੁੰਦਾ, ਤੇ ਅੱਜ ਪੁੱਠੇ ਸਿੱਧੇ ਗੀਤਾਂ ਵਾਲੇ ਤੇ ਇੱਦਾਂ ਦਾ ਮਾਹੌਲ ਨਾ ਸਿਰਜਿਆ ਜਾਂਦਾ ਜੀ। ਤੇ ਇਦੂ ਸ਼ਰੀਫ, ਚਾਹੇ ਉਹ ਪ੍ਰੋਫੈਸਰ ਮੋਹਨ ਸਿੰਘ ਮੇਲਾ ਸੀ, ਚਾਹੇ ਜੱਸੋਵਾਲ ਹੋਣਾ ਦਾ ਘਰ ਸੀਗਾ, ਚਾਹੇ ਮਨੀ ਮਾਜਰਾ ਸੀਗਾ, ਮੈਂ ਤੁਹਾਨੂੰ ਜਦੋਂ ਨਾ ਮੋਹਨ ਸਿੰਘ ਮੇਲੇ ਦੇ ਉਹਨਾਂ ਨੂੰ ਸਨਮਾਨਿਤ ਕਰਨ ਦੀ ਗੱਲ ਤੁਰੀ ਤੇ ਉਹਨਾਂ ਨੂੰ ਇੱਦਾਂ ਲੱਗਦਾ ਸੀ ਕਿ ਸਾਨੂੰ ਅੱਜ ਪਦਮ ਸ਼੍ਰੀ ਅਵਾਰਡ ਮਿਲਣ ਲੱਗਾ, ਕਿਉਂਕਿ ਇੰਨੇ ਲੋਕਾਂ 'ਚ ਰੀਕੋਗਨਾਈਜ਼ ਕਰਨਾ ਬਹੁਤ ਔਖਾ ਸੀਗਾ। ਸਾਡੇ ਦੇਖਦਿਆਂ ਦੇਖਦਿਆਂ ਪਿਛਲੇ 50 ਸਾਲਾਂ ਤੋਂ ਇਦੂ ਸ਼ਰੀਫ ਹੋ ਕੇ ਲੈਂਦਾ ਤੁਰ ਗਿਆ। ਅੱਜ ਸਾਰਿਆਂ ਨੇ ਫੇਸਬੁੱਕਾਂ, ਜਿਹਨੇ ਵੀ ਸੋਸ਼ਲ ਮੀਡੀਆ ਭਰਿਆ ਪਿਆ, ਪਤਾ ਨੀ ਕੀ ਹੋਇਆ, ਆਹ ਹੋ ਗਿਆ, ਆਹ ਹੋ ਗਿਆ। ਫਿਰ ਪਿਛਲੇ 50 ਸਾਲਾਂ ਨੇ ਤਾਂ ਕਿਸੇ ਨੇ ਵੀ ਕੁਛ ਵੀ ਕੀਤਾ, ਠੀਕ ਹੈ ਜੀ। ਕੋਈ ਸਰਕਾਰ, ਠੀਕ ਹੈ, ਮੇਰੇ ਖਿਆਲ ਚ ਥੋੜਾ ਬਹੁਤ ਨਵਜੋਤ ਸਿੱਧੂ ਹੋਰੀ, ਪਾਤਾ ਸਾਹਿਬ ਜਾਂ ਕੀਤਾ, ਠੀਕ ਹੈ ਨਾ। ਕੁਛ ਪਰਮਾਨੈਂਟ ਚਾਹੀਦਾ ਸੀ, ਪਰਮਾਨੈਂਟ ਕੁਛ ਨਾ ਕੁਛ ਸਰਕਾਰਾਂ ਨੂੰ ਜਾਂ ਸਾਡੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਕੁਛ ਪਰਮਾਨੈਂਟ ਚਾਹੀਦਾ ਸੀ ਰੱਖਣਾ ਉਹਨਾਂ ਦਾ ਕਰਨਾ। ਜੱਗੀ ਜੀ, ਇਹ ਗੱਲ ਸਿਰਫ ਇਹ ਕਰਨੇ ਦੀ ਗੱਲ ਨਹੀਂ ਹੈਗੀ। ਜਮਲਾ ਜੀ, ਨਰਿੰਦਰ ਬੀਬਾ ਜੀ, ਬੜੇ ਲੋਕ ਚਲੇ ਗਏ ਨੇ। ਜੇ ਸਰਕਾਰਾਂ ਕਹਿੰਦੇ ਨੇ ਕਿ ਜੇ ਤੁਸੀਂ ਸੰਗੀਤ ਦੀਆਂ ਗੱਲਾਂ ਕਰਨੀਆਂ, ਜੇ ਤੁਸੀਂ ਕੌਮਾਂ ਜਿਉਂਦੀਆਂ ਰੱਖਣੀਆਂ, ਦੇਸ਼ ਦੀਆਂ ਪੀੜ੍ਹੀਆਂ ਬਚਾਉਣੀਆਂ, ਤੁਹਾਨੂੰ ਪਰੰਪਰਾਵਾਂ ਬਚਾ ਕੇ ਰੱਖਣੀਆਂ ਪੈਣੀਆਂ ਸੰਗੀਤ ਦੀਆਂ। ਬਿਲਕੁਲ ਜੀ। ਕਿਸੇ ਸਰਕਾਰੀ ਚ ਕਦੀ ਕਿਸੇ ਨਿਰਦਰ ਬੀਬਾ ਦੀ ਜਾਂਚ ਕੀ ਆ, ਹੋਰ ਕੀ ਆ, ਕੁਛ ਵੀ ਨੀ ਹੁੰਦਾ।
ਤੇ ਇਹ ਜਿਹੜੀ ਜਿਸ ਯੁੱਗ ਰਫਤਾਰ ਨਾਲ ਯੁੱਗ ਅੱਗੇ ਭੱਜ ਰਿਹਾ ਉਸ ਰਫਤਾਰ ਚ ਇਹ ਲੋਕ ਵੀ ਰੋਲ ਜਾਣਗੇ। ਅੱਜ ਚਾਰ ਦਿਨ ਤੁਸੀਂ ਦੇਖਿਓ ਈਦੂ ਸ਼ਰੀਫ ਹੋਣੀ ਆ, ਉਸ ਤੋਂ ਬਾਅਦ ਕੋਈ ਕਿਸੇ ਨੇ ਸੁੱਕੀ ਖਾਣ ਦੀ ਬਾਹ ਨੀ ਫੜਨੀ, ਕਿਸੇ ਨੇ ਉਸ ਟੱਬਰ ਦੇ ਨੇੜੇ ਨੀ ਜਾਣਾ। ਬੇ ਸੋਨੇ ਦੀਆਂ ਕੰਗਣਾ ਸੁਣਾਈ ਜਾਣਗੇ, ਆਹ ਸੁਣਾਈ ਜਾਣਗੇ। ਮੈਂ ਤੁਹਾਨੂੰ ਉਹਨਾਂ ਦਾ ਨਿੱਜੀ ਇੱਕ ਗੱਲ ਦੱਸਦਾ, 7-8 ਸਾਲ ਪਹਿਲਾਂ ਜਿਹੜਾ ਪੀਰ ਪੁੱਤ ਦਾ ਜਦੋਂ ਗੀਤ ਆਇਆ ਨਾ, ਉਹ ਮੈਨੂੰ ਈਦੂ ਸ਼ਰੀਫ ਕਹਿੰਦਾ ਯਾਰ ਕਿਤੇ ਸਾਨੂੰ ਅਮਰੀਕਾ ਹੀ ਦਿਖਾ ਦੇ। ਉਹਨਾਂ ਦਾ ਅਮਰੀਕਾ ਉਹਨੂੰ ਕਹਿੰਦਾ ਮੇਰਾ ਬਹੁਤ ਚਿੱਤ ਕਰਦਾ। ਦੇਖਿਆ 2010 ਜਾਂ 2011 ਦੀ ਗੱਲ ਹੈ। ਮੈਂ ਉਹਨੂੰ ਕਿਹਾ ਯਾਰ ਦੇਖੋ ਇਹ ਕਲਾਕਾਰ ਇਹ ਅਮਰੀਕਾ ਆਉਣ ਨੂੰ ਤਰਸਦਾ, ਗੱਲ ਅਮਰੀਕਾ ਦੀ ਨੀ ਸੀ, ਤਰਸਦਾ ਉਹ ਤਾਂ ਸੀ ਕਿ ਉੱਥੇ ਨੂੰ ਪੁੱਛ ਕੋਈ ਨੀ ਰਿਹਾ। ਮਤਲਬ ਜਦੋਂ ਨਾ ਤੁਸੀਂ ਕਿਸੇ ਨੂੰ ਤੜਫਦਾ ਦੇਖ ਕੇ ਮਰ ਗਏ, ਤੜਫਦਾ ਦੇਖ ਕੇ ਵੀ ਉਹਦੇ ਉਹਦੀ ਸਾਰਨੀ ਲਈ ਉਹਨੂੰ ਤੜਫਦੇ ਨੂੰ ਮਰਦਾ ਦੇਖਿਆ, ਉਹਨੇ ਜਿਹੜੇ ਲੰਬੇ ਹੋ ਕੇ ਜਿਹੜੇ ਇਹ ਕੀ ਆ, ਕੁਛ ਵੀ ਨੀ ਹੈ। ਬਿਲਕੁਲ ਜੀ, ਅਸੀਂ ਸਾਰੇ ਜ਼ਿੰਮੇਵਾਰ ਕਹਿ ਸਕਦੇ ਹਾਂ, ਵਿੱਚ ਅਸੀਂ ਵੀ ਆ ਜਾਂਦੇ ਹਾਂ। ਸਵਾਲ ਇੱਕ ਜਿਹੜਾ ਮੈਂ ਹੁਣੇ ਵੈਸੇ ਗੱਲ ਕਰਕੇ ਬੈਠਿਆ, ਇੱਥੇ ਕੀ ਕਾਰਨ ਕਿਉਂ ਹੈ ਇੰਨੀ ਵਧੀਆ ਆਵਾਜ਼ ਹੋਣ ਦੇ, ਅਸੀਂ ਕਿਤੇ ਇਹ ਦੋਸ਼ ਲਾਉਂਦੇ ਹਾਂ ਉਹ ਮੁੰਡੇ, ਜਾਂ ਤਾਂ ਕਿਤੇ ਨਾ ਕਿਤੇ ਸਾਡੀ ਆਪਣੀ ਕਮੀ ਹੋਵੇ ਤਾਂ ਵੀ ਅਸੀਂ ਅੱਗੇ ਨਹੀਂ ਵੱਧ ਸਕਦੇ। ਮੁੰਡੇ ਇੰਨੇ ਵਧੀਆ ਗਾਉਣ ਦੇ ਬਾਵਜੂਦ, ਹੋਣ ਦੇ ਬਾਵਜੂਦ, ਜਾਂ ਤਾਂ ਉਹਨਾਂ ਦੀ ਪ੍ਰੈਜੈਂਟੇਸ਼ਨ ਜਾਂ ਉਹਨਾਂ ਦੀ ਪ੍ਰੈਪਰੇਸ਼ਨ, ਕਿਤੇ ਨਾ ਕਿਤੇ ਤਾਂ ਕਮੀ ਹੋਏਗੀ ਨਾ, ਜਿਹੜੀ ਅਸੀਂ ਇਹ ਗੱਲ ਕਰਦੇ ਵੀ ਮੁੰਡੇ ਕਿਉਂ ਨਹੀਂ, ਬਾਬੇ ਜਾਂ ਬੋਲਦੇ ਸੀ ਬਾਪੂ ਦੇ ਨਾਲ ਸੀ, ਹੁਣ ਅਸੀਂ ਵੀ ਮਰ ਗਏ, ਮੁੰਡੇ ਕਿਉਂ ਨਹੀਂ ਕੁਛ ਕਰਦੇ? ਦੇਖੋ ਮੈਂ ਤੁਹਾਨੂੰ ਲੱਗੀ ਜੀ, ਕੁਛ ਤਾਂ ਇਹ ਵੀ ਹੈਗਾ ਕਿ ਤੁਹਾਨੂੰ ਜਿਹੜੀ ਅਨਪੜ੍ਹਤਾ ਨਾ ਬੜੀਆਂ ਬਿਮਾਰੀਆਂ ਨਾਲ ਹੀ ਲਾ ਦਿੰਦੀ ਆ। ਕੌਨਫੀਡੈਂਸ ਵੀ ਖਤਮ ਕਰ ਦਿੰਦਾ। ਅਨਪੜ੍ਹਤਾ ਤੁਹਾਡੇ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਜੋੜਦੀ, ਪਹਿਲੀ ਗੱਲ। ਦੂਜੀ ਗੱਲ ਮੈਂ ਹੁਣ ਸਟੈਪ ਬਾਈ ਤੁਹਾਨੂੰ ਦੱਸ, ਦੂਜੀ ਗੱਲ ਜਦੋਂ ਸਰਕਾਰਾਂ ਨਹੀਂ ਪੁੱਛਦੀਆਂ, ਤੀਜੀ ਗੱਲ ਲੋਕਾਂ ਦੇ ਟੇਸਟ ਦੇ ਰੋਜ਼ ਵਿਗੜ ਰਹੇ ਨੇ, ਠੀਕ ਹੈ। ਸਿਆਣੇ ਲੋਕਾਂ ਦੀ ਜਿਹੜੀ ਸਿਆਣੇ ਲੋਕਾਂ ਦੀ ਨਵੀਂ ਔਲਾਦ ਜਿਹੜੀ ਅਗਲੀ ਪੀੜ੍ਹੀ ਆ ਉਹਨਾਂ ਤੋਂ ਕਾਬੂ ਨਹੀਂ ਆ ਰਹੀ ਵੀ ਕੀ ਸੁਣਨਾ, ਠੀਕ ਹੈ। ਜਨਰੇਸ਼ਨ ਗੈਪ ਖਾ ਰਿਹਾ, ਇਲੈਕਟ੍ਰੋਨਿਕ ਮੀਡੀਆ ਭਾਰੂ ਹੋ ਗਿਆ, ਸੋਸ਼ਲ ਮੀਡੀਆ ਭਾਰੂ ਹੋ ਗਿਆ, ਚੱਜ ਅਚਾਰ ਖਤਮ ਹੋ ਗਿਆ, ਇਖਲਾਕ ਖਤਮ ਹੋ ਗਿਆ, ਬੰਦੇ ਦਾ ਕਿਰਦਾਰ ਹੀ ਨਹੀਂ ਰਿਹਾ, ਇਹ ਲੋਕ ਕਿੱਥੋਂ ਬਚਣਗੇ? ਸੋ ਇਸ ਕਰਕੇ ਇੱਕ ਦੁੱਖ ਹੋਵੇ ਕਹਿੰਦੇ ਤਾਂ ਦੱਸੀਏ, ਇੱਥੇ ਤਾਂ ਸਾਰਾ ਹੀ ਜਿਹੜਾ ਹੈਗਾ ਕੋਹੜ ਹੀ ਫੈਲ ਗਿਆ, ਇਹ ਕੈਂਸਰ ਬਣਦਾ ਜਾ ਰਿਹਾ। ਹਲੇ ਹੋਰ ਬਹੁਤ ਸਾਰੇ ਇਸ ਕਤਾਰ ਚ ਨੇ ਜਿਹੜੇ ਲੱਗੇ ਹੋਏ ਨੇ। ਮੈਂ ਜ਼ਰੂਰ ਇਹ ਮੈਂ ਤਾਂ ਆਖਰ ਵਿੱਚ ਇਹ ਗੱਲ ਹੈ ਕਿ ਹੋਰ ਕੋਈ ਈਦੂ ਸ਼ਰੀਫ ਰੋਲ ਨਾ ਦਈਏ ਕਿਸੇ। ਬਰਕਤ ਸਿੱਧੂ ਦੀ ਜਿਹੜੀ ਮੌਤ ਹੋਈ ਆ, ਤੋਬਾ ਤੋਬਾ, ਬਰਕਤ ਸਿੱਧੂ ਦੀ ਮੌਤ ਵਰਗੀ ਮੌਤ ਨਾ ਹੋਵੇ, ਈਦੂ ਸ਼ਰੀਫ ਦੇ ਹੋਕਿਆਂ ਵਰਗੀ ਕਿਸੇ ਦੀ ਮੌਤ ਨਾ ਹੋਵੇ। ਯਾਦ ਕਰ ਲੈਣਾ ਚਾਹੀਦਾ ਕਿ ਬਰਾਸਤੀ ਤੇ ਪਰੰਪਰਿਕ ਸੰਗੀਤ ਨੂੰ ਜਿਉਂਦਾ ਰੱਖਣਗੇ, ਨਸਲਾਂ ਬਚਣਗੀਆਂ, ਇਹ ਸਾਰਾ ਕੁਝ ਆਉਂਦਾ। ਮਿਹਰਬਾਨੀ ਜੀ, ਫੌਰਾ ਸਾਹਿਬ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਬਿਲਕੁਲ ਗੱਲਾਂ ਸੱਚੀਆਂ ਨੇ ਪਰ ਗੱਲ ਅਮਲ ਕਰਨ ਦੀ ਲੋੜ ਹੈਗੀ ਹੈ। ਸੋ ਹਰ ਬੰਦਾ ਇਹ ਅੱਜ ਕੱਲ੍ਹ ਤਾਂ ਚਲੋ ਦੂਰ ਦੀ ਗੱਲ ਹੈਗੀ, ਈਦੂ ਸ਼ਰੀਫ ਸਾਹਿਬ ਜਾਂ ਅਸੀਂ ਕਲਾ ਦੀ ਗੱਲ ਕਰਦੇ ਹਾਂ, ਅੱਜ ਕੱਲ੍ਹ ਤਾਂ ਰਿਸ਼ਤਿਆਂ ਦੇ ਵਿੱਚ ਵੀ ਉਹੀ ਚੀਜ਼ ਰਹਿ ਗਈ, ਜਿੱਥੋਂ ਜਿੱਥੇ ਮਤਲਬ ਹੈਗਾ, ਅਗਰ ਕੰਮ ਕਾਰ ਹੈਗਾ ਇੱਕ ਦੂਜੇ ਤਾਈਂ ਤਾਂ ਰਿਸ਼ਤੇ ਹੈਗੇ ਨੇ, ਨਹੀਂ ਹੈਗਾ ਤਾਂ ਨਹੀਂ ਹੈਗੇ। ਬ੍ਰੇਕ ਤੋਂ ਬਾਅਦ ਪਹਿਲਾਂ ਆਪਾਂ ਖਬਰਾਂ ਵਾਲੇ ਪਾਸੇ ਚੱਲਾਂਗੇ ਅਤੇ ਫਿਰ ਅੱਜ ਦੇ ਵਿਸ਼ੇ ਵੱਲ ਚੱਲਾਂਗੇ। ਫਿਲਹਾਲ ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ, ਅਤੇ ਪਹਿਲਾਂ ਮੇਰੇ ਖਿਆਲ ਥੋੜ੍ਹੇ ਜਿਹਾ ਖਬਰਾਂ ਵਾਲੇ ਪਾਸੇ ਚੱਲੀਏ ਫਟਾਫਟ, ਅਤੇ ਉਸ ਤੋਂ ਬਾਅਦ ਵਿਸ਼ੇ ਵਾਲੇ ਪਾਸੇ ਚੱਲਾਂਗੇ। ਵਿਸ਼ਾ ਵੀ ਅੱਜ ਦਾ ਸਾਡਾ ਤੁਹਾਡਾ ਹੀ ਹੈ, ਵਿਸ਼ਾ ਅੱਜ ਦਾ ਵਿਸ਼ੇ ਮੈਂ ਮੋਸਟਲੀ ਉਹੀ ਰੱਖਦਾ ਹੁੰਦਾ ਜਿਹੜੇ ਮੈਨੂੰ ਪਤਾ ਲੱਗਦੇ ਨੇ ਤੁਹਾਡੇ ਕੋਲੋਂ। ਸੋ ਵਿਸ਼ੇ ਵੱਲ ਬਾਅਦ ਚੱਲਾਂਗੇ, ਪਹਿਲਾਂ ਮੈਂ ਤੁਹਾਨੂੰ ਅਨੋਖੀਆਂ ਸਜ਼ਾਵਾਂ ਜਿਹੜੀਆਂ ਦਿੱਤੀਆਂ ਗਈਆਂ, ਅਜੀਬ ਗਰੀਬ ਸਜ਼ਾ ਦਿੰਦੇ ਨੇ ਆਪਣੇ ਕੋਈ ਜੁਰਮ ਕਰਦੇ ਉਹਦੀ ਸਜ਼ਾ ਦਿੰਦੇ ਨੇ, ਤਾਂ ਇੱਧਰ ਲੋਕ ਅਜੀਬੋ ਗਰੀਬ ਸਜ਼ਾਵਾਂ, ਹੈਰਾਨੀ ਹੁੰਦੀ ਸੁਣ ਕੇ। ਇੱਕ ਮਯੂਰੀ ਦੇ ਵਿੱਚ, ਅਮਰੀਕਾ ਦੇ ਵਿੱਚ ਕਿਸੇ ਬੰਦੇ ਨੇ, ਡੇਵਿਡ ਬੈਰੀ ਨਾਂ ਦਾ ਬੰਦਾ, ਉਹਨੇ ਕੋਈ ਹਿਰਨ ਹੁਰਨ ਮਾਰੇ ਸੀ 2008 ਦੇ ਵਿੱਚ, ਸਜ਼ਾ ਉਹਨੂੰ ਕੀ ਹੋਈ ਹੁਣ? ਸਜ਼ਾ ਉਦੋਂ ਹੋਈ ਵੀ 1 ਸਾਲ ਦੀ ਸਜ਼ਾ ਜੇਲ੍ਹ 'ਚ, ਅਤੇ ਜੇਲ੍ਹ 'ਚ ਬੈਠ ਕੇ ਡਿਜ਼ਨੀ ਦਾ ਬਾਂਬੀ ਜਿਹੜਾ ਕਾਰਟੂਨ ਹੈ ਉਹ ਦੇਖਣਾ ਜੀ 1 ਸਾਲ ਦੇ ਵਿੱਚ, ਦਿਹਾੜੀ ਦੇ ਵਿੱਚ 20 ਵਾਰ ਦੇਖਣਾ ਉਹ, ਵੀ ਕਿਹੜੀ ਸਜ਼ਾ ਹੋਈ ਵੀ ਕਾਰਟੂਨ ਦੇਖਣੇ। ਪਰ ਮੈਂ ਜਿਹੜੀ ਬਾਅਦ ਦੇ ਵਿੱਚ ਹਿਸਾਬ ਲਾਇਆ ਵੀ ਬਾਂਬੀ ਜਿਹੜਾ ਕਰੈਕਟਰ ਹੈਗਾ ਉਹਦੇ ਵਿੱਚ ਕਾਰਟੂਨ ਦੇ ਵਿੱਚ ਡਿਜ਼ਨੀ ਦੇ ਵਿੱਚ, ਉਹ ਹਿਰਨ ਕਰੈਕਟਰ ਹੈਗਾ। ਉਹਨੇ ਕਿਹਾ ਤੂੰ ਹਿਰਨ ਮਾਰੇ, ਹਿਰਨਾਂ ਦਾ ਦੇਖ ਕੀ ਹੁੰਦਾ, ਇਹ ਵੀ ਬੜੀ ਅਜੀਬੋ ਗਰੀਬ ਸਜ਼ਾ। ਸ਼ਿਕਾਗੋ ਦੇ ਵਿੱਚ ਇੱਕ
ਚਰਚ ਦੇ ਵਿੱਚੋਂ ਮੂਰਤੀ ਚੋਰੀ ਕਰ ਲਈ ਸੀ ਕਿਸੇ ਨੇ 17 ਸਾਲਾਂ ਦਾ ਜਿਹੜਾ ਸੀ ਜਿਹੜੇ ਮੂਰਤੀ ਚੋਰੀ ਕੀ 2 ਜਣੇ ਸੀਗੇ ਉਹਨਾਂ ਨੇ ਮੂਰਤੀ ਚੋਰੀ ਕੀਤੀ ਉਹਨਾਂ ਨੂੰ 45 ਦਿਨ ਜੇਲ੍ਹ ਦੀ ਸਜ਼ਾ ਠੀਕ ਹੈ ਇੱਥੋਂ ਤੱਕ ਤਾਂ ਅੱਗੇ ਇਹ ਹੈ ਵੀ ਆਪਣੇ ਜਿਵੇਂ ਪੰਜਾਬ ਦੇ ਵਿੱਚ ਬੰਦਾ ਕੋਈ ਗਲਤ ਕੰਮ ਕਰਦਾ ਫੜਿਆ ਜਾਂਦਾ ਸੀ ਗਲਤ ਕੰਮ ਕਰਦਾ ਸੀ ਅਤੇ ਪਿੰਡ ਦੀ ਪੰਚਾਇਤ ਉਹਨੂੰ ਮੂੰਹ ਕਾਲਾ ਕਰਕੇ ਅਤੇ ਗਧੇ 'ਤੇ ਚਾੜਦੇ ਹੁੰਦੇ ਸੀ ਵੀ ਉਹਦੀ ਬੇਇੱਜ਼ਤੀ ਹੁੰਦੀ ਹੁੰਦੀ ਸੀ ਵੀ ਕਦੇ ਸਭ ਤੋਂ ਮਾੜੀ ਸਜ਼ਾ ਇਹਨੂੰ ਸਮਝਿਆ ਜਾਂਦਾ ਸੀ ਇਹਨਾਂ ਨੂੰ ਮੂਰਤੀ ਚੋਰੀ ਕਰਨ 'ਤੇ ਸਜ਼ਾ ਦਿੱਤੀ ਹੈ ਜੀ ਜੇਲ੍ਹ 45 ਦਿਨ ਦੀ ਨਾਲ ਗਧੇ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਜਿੱਥੇ ਵੀ ਉਹ ਰਹਿੰਦੇ ਨੇ ਉਸ ਏਰੀਏ 'ਚ ਗਧੇ ਦੇ ਨਾਲ ਉਹਨਾਂ ਦੀ ਮਾਰਚ ਹੋਣੀ ਹੈ ਰੋਜ਼ 45 ਦਿਨ ਕੈਸੀ ਅਜੀਬ ਹੈਗੀ ਹੈ ਜੀ ਇੱਕ 17 ਸਾਲਾਂ 'ਚ ਜੀ ਟਾਇਲਰ ਐਲਰੈਂਡ ਬੰਦਾ ਸੀ ਕਿ ਦਾਰੂ ਪੀ ਕੇ ਗੱਡੀ ਚਲਾਉਂਦਾ ਸੀ ਨਾਲ ਉਹਦਾ ਦੋਸਤ ਬੈਠਾ ਸੀ 17 ਸਾਲਾਂ ਦਾ ਉਹਦਾ ਐਕਸੀਡੈਂਟ ਹੋ ਗਿਆ ਅਤੇ ਦੋਸਤ ਮਰ ਗਿਆ ਉਹਨੂੰ ਸਜ਼ਾ ਕੀ ਦਿੱਤੀ ਵੀ ਤੂੰ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਹਾਈ ਸਕੂਲ ਪੂਰਾ ਕਰ ਅਤੇ ਉਸ ਤੋਂ ਬਾਅਦ ਜਿਹੜਾ 10 ਸਾਲ ਲਗਾਤਾਰ ਤੂੰ 10 ਸਾਲ ਜਿਹੜਾ ਉਹ ਚਰਚ ਵਿੱਚ ਜਾਣਾ ਦੇਖੋ ਜੀ ਆਪਣੇ ਵੀ ਕਹਿੰਦੇ ਤਨਖਾਹ ਲਾ ਤੀ ਜੀ ਜੋੜੇ ਸਾਫ਼ ਕਰਨ ਦੀ ਅਤੇ ਆਹ ਕਰਨ ਦੀ ਭਾਂਡੇ ਧੋਣ ਦੀ ਤਨਖਾਹ ਲਾ ਤੀ ਆਪਣੇ ਵੀ ਸੇਵਾ ਨੂੰ ਸਜ਼ਾ ਕਹਿੰਦੇ ਨੇ ਵੀ ਉਹ ਆਪਦੇ ਵੱਲੋਂ ਸਜ਼ਾ ਦਿੰਦੇ ਨੇ ਵੀ ਤਨਖਾਹ ਲਾ ਤੀ ਪਰ ਉਹ ਇੱਥੇ ਆਪਣੇ ਪੰਜਾਬ ਦੇ ਵਿੱਚ ਇਹ ਰਿਵਾਜ਼ ਆ ਪਰ ਉਹ ਮੁੰਡੇ ਨੂੰ ਵੀ ਇਹਨਾਂ ਨੇ 10 ਸਾਲ ਲਗਾਤਾਰ ਚਰਚ ਜਾਣ ਦੀ ਗੱਲ ਕੀਤੀ ਆ ਸਪੇਨ ਦੇ ਐਂਡਾਲੂਸੀਆ ਵਿੱਚ 25 ਸਾਲਾ ਮੁੰਡੇ ਨੂੰ ਜਿਹੜਾ ਸਜ਼ਾ ਦਿੱਤੀ ਹੈ ਸਜ਼ਾ ਅਜੀਬ ਸਜ਼ਾ ਦਿੱਤੀ ਹੈ ਜੀ ਉਹਨੂੰ 25 ਸਾਲਾ ਮੁੰਡਾ ਸੀਗਾ ਕੇਸ ਪਾਇਆ ਕੋਰਟ ਦੇ ਵਿੱਚ ਉਹਨੇ ਆਪਦਾ ਉਹਨੂੰ ਹੀ ਸਜ਼ਾ ਮਿਲ ਗਈ ਹੈ ਹੈਰਾਨੀ ਵਾਲੀ ਗੱਲ ਬੰਦਾ ਕਿਸੇ ਦੇ ਖਿਲਾਫ਼ ਕੇਸ ਕਰਨ ਗਿਆ ਉਹਨੂੰ ਨਾਲ ਨਾਲ ਸਜ਼ਾ ਮਿਲ ਗਈ ਹੋਇਆ ਕਿ ਕੋਈ 25 ਸਾਲਾ ਮੁੰਡਾ ਸੀਗਾ ਉਹਨੇ ਕੋਰਟ ਦੇ ਵਿੱਚ ਕੇਸ ਕੀਤਾ ਅਰਜ਼ੀ ਦਾਇਰ ਕੀਤੀ ਵੀ ਮੇਰੇ ਮਾਂ ਬਾਪ ਜਿਹੜੇ ਨੇ ਉਹਨਾਂ ਨੇ ਮੇਰੀ ਪਾਕਟ ਮਨੀ ਬੰਦ ਕਰਤੀ ਹੈ ਜਿਹੜਾ ਮੈਨੂੰ ਜੇਬ ਖਰਚ ਦਿੰਦੇ ਸੀ ਉਹ ਬੰਦ ਕਰ ਦਿੱਤਾ ਅਤੇ ਮੈਨੂੰ ਉਹ ਦਵਾਇਆ ਜਾਵੇ ਅਤੇ ਜੱਜ ਨੇ ਉਲਟਾ ਹੀ ਉਹਨੂੰ ਸਜ਼ਾ ਇਹ ਸੁਣਾਈ ਵੀ ਤੂੰ 30 ਦਿਨ ਦੇ ਵਿੱਚ ਆਪਣੇ ਮਾਂ ਬਾਪ ਦਾ ਘਰ ਛੱਡ ਦੇ ਜੇ ਉਹਨਾਂ ਕੋਲ ਪੈਸੇ ਮੰਗੇ ਤਾਂ ਫਿਰ ਸਜ਼ਾ ਹੋਊਗੀ 30 ਦਿਨਾਂ ਦੇ ਵਿੱਚ ਮਾਂ ਬਾਪ ਦਾ ਘਰ ਛੱਡ ਕੇ ਅਤੇ ਆਪਣੇ ਪੈਰਾਂ 'ਤੇ ਖੜਾ ਹੋ ਆਹ ਸਜ਼ਾ ਬਣਦੀ ਆ ਅੱਜ ਕੱਲ੍ਹ ਦੇ ਜਵਾਕਾਂ ਵਾਸਤੇ ਵੀ ਜਿਹੜੇ ਮਾਂ ਬਾਪ 'ਤੇ ਹੀ ਡਿਪੈਂਡੈਂਟ ਨੇ ਇੱਕ ਹੋਰ ਹੈ ਜੀ ਵੈਕਟਰ ਐਂਡਿਊ ਬੰਦਾ ਹੈਗਾ ਉਹਨੂੰ ਉੱਚੀ ਸੰਗੀਤ ਲਾਉਣ ਦਾ ਕਾਰ ਦੇ ਵਿੱਚ ਰੈਪ ਸੁਣ ਰਿਹਾ ਸੀ ਨਾਲ ਖੱਪਖਾਨਾ ਕਰਦੇ ਪੂਰੇ ਜਿਹੜੇ ਲਾਏ ਹੁੰਦੇ ਡੈੱਕ ਛਿੱਕ ਜੇ ਅਤੇ ਉਹਨੂੰ ਰੋਕਿਆ ਪੁਲਿਸ ਨੇ ਅਤੇ 120 ਪਾਉਂਡ ਜੁਰਮਾਨਾ ਉਹਨੂੰ ਕੀਤਾ ਅਤੇ ਉਹਨੂੰ ਨਾਲ ਕਹਿੰਦੀ ਅਦਾਲਤ ਕਹਿੰਦੇ ਵੀ ਤੂੰ ਜੇ ਨਾ ਤੇਰਾ ਜੁਰਮਾਨਾ ਅਸੀਂ ਘਟਾ ਸਕਦੇ ਹਾਂ 30 ਪਾਉਂਡ ਤੈਨੂੰ ਜੁਰਮਾਨਾ ਕਰ ਸਕਦੇ ਹਾਂ ਪਰ ਜੇ ਤੂੰ ਲਗਾਤਾਰ 20 ਘੰਟੇ ਆਪਦੀ ਕਾਰ ਦੇ ਵਿੱਚ ਸ਼ਾਸਤਰੀ ਸੰਗੀਤ ਲਾਏਗਾ ਤਾਂ ਸ਼ਾਸਤਰੀ ਸੰਗੀਤ ਉਹ ਜਿਹੜੇ ਰੈਪ ਸੁਣਦੇ ਨੇ ਜਿਹੜੇ ਇੱਦਾਂ ਦੇ ਗਾਣੇ ਸੁਣਦੇ ਨੇ ਉਹਨਾਂ ਨੂੰ ਸ਼ਾਸਤਰੀ ਸੰਗੀਤ ਤਾਂ ਉਹ ਵੈਸੇ ਹੀ ਜ਼ਹਿਰ ਲੱਗਦਾ ਉਹ ਕਹਿੰਦਾ ਜੀ ਨਹੀਂ ਮੈਂ 120 ਪਾਉਂਡ ਹੀ ਦੇ ਦੂੰਗਾ ਤੁਸੀਂ ਮੈਨੂੰ ਇਹ ਠੀਕ ਹੈ ਅਤੇ ਮੈਂ ਸ਼ਾਸਤਰੀ ਸੰਗੀਤ ਜਿਹੜਾ ਉਹ ਨਹੀਂ ਸੁਣਾਂਗਾ ਇੱਕ ਅੱਧੀ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਸੀਂ ਭਾਸ਼ਾ ਦੀ ਗੱਲ ਅਕਸਰ ਕਰੀ ਦੀ ਹੈ ਕਿ ਕਿਹੜੀ ਭਾਸ਼ਾ ਸਭ ਤੋਂ ਵੱਧ ਪੂਰੀ ਦੁਨੀਆ ਦੇ ਵਿੱਚ ਬੋਲੀ ਜਾਂਦੀ ਹੈ ਔਰ ਸਾਨੂੰ ਅਕਸਰ ਇਹ ਲੱਗਦਾ ਕਿ ਪੂਰੀ ਦੁਨੀਆ ਦੇ ਵਿੱਚ ਅੰਗਰੇਜ਼ੀ ਸਭ ਤੋਂ ਵੱਧ ਬੋਲੀ ਜਾਂਦੀ ਆ ਜਾਂ ਬੋਲੀ ਜਾਂਦੀ ਹੋਏਗੀ ਪਰ ਅੰਗਰੇਜ਼ੀ ਪੂਰੀ ਦੁਨੀਆ ਦੇ ਵਿੱਚ 3 ਨੰਬਰ 'ਤੇ ਆਉਂਦੀ ਹੈ ਬੋਲੀ ਜਾਣ ਵਾਲੀ ਭਾਸ਼ਾ ਸਭ ਤੋਂ ਵੱਧ ਜਿਹੜੀ ਭਾਸ਼ਾ ਬੋਲਣ ਵਾਲੀ ਹੈ ਬੋਲੀ ਜਾਂਦੀ ਆ ਉਹ ਮੰਦਾਰਿਨ ਸੁਣੀ ਵੀ ਨਹੀਂ ਹੋਣੀ ਸਾਡੇ ਦਰਸ਼ਕਾਂ ਨੇ ਕਿਤੇ ਮੰਦਾਰਿਨ ਭਾਸ਼ਾ ਕਿਹੜੀ ਹੁੰਦੀ ਹੈ ਮੰਦਾਰਿਨ ਭਾਸ਼ਾ ਹੈ ਜੀ ਚੀਨ ਦੀ ਚੀਨ ਦੀ ਆਬਾਦੀ ਦੁਨੀਆ ਸਭ ਤੋਂ ਵੱਧ ਹੈ ਅਤੇ ਚੀਨ ਦੇ ਵਿੱਚ ਮੰਦਾਰਿਨ ਭਾਸ਼ਾ ਜਿਹੜੀ ਹੈਗੀ ਹੈ ਚੀਨੀ ਭਾਸ਼ਾ ਜਿਹੜੀ ਹੈਗੀ ਆ ਉਹ 100 ਕਰੋੜ ਤੋਂ ਵੀ ਵੱਧ ਲੋਕ ਬੋਲਦੇ ਨੇ ਸਭ ਤੋਂ ਵੱਧ ਦੁਨੀਆ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਚੀਨੀ ਨੰਬਰ 2 'ਤੇ ਆ ਗਈ ਸਪੈਨਿਸ਼ ਕੈਨੇਡਾ ਅਮੈਰੀਕਾ ਦੇ ਵਿੱਚ ਸਪੇਨ ਦੇ ਵਿੱਚ ਬੋਲੀ ਜਾਂਦੀ ਆ ਅਮੈਰੀਕਾ ਦੇ ਵਿੱਚ ਵੀ ਅਸੀਂ ਦੇਖੀਏ ਤਕਰੀਬਨ ਇੰਗਲਿਸ਼ ਦੇ ਨਾਲ ਸਪੈਨਿਸ਼ ਅੱਖਰ ਲਿਖੇ ਹੁੰਦੇ ਆ ਸਪੈਨਿਸ਼ ਆਉਂਦੀ ਆ 2 ਨੰਬਰ 'ਤੇ 3 ਨੰਬਰ 'ਤੇ ਆਉਂਦੀ ਆ ਹਿੰਦੀ ਪੂਰੀ ਦੁਨੀਆ ਦੇ ਵਿੱਚ ਲਗਭਗ 80 ਕਰੋੜ ਲੋਕ ਸਮਝਦੇ ਆ ਅਤੇ 45 ਕਰੋੜ ਲੋਕ ਹਿੰਦੀ ਬੋਲਦੇ ਨੇ 4 ਨੰਬਰ 'ਤੇ ਹਿੰਦੀ ਭਾਸ਼ਾ ਜਿਹੜੀ ਉਹ ਆਉਂਦੀ ਹੈ ਲਓ ਜੀ ਇੱਕ ਹੋਰ ਖਬਰ ਨਾਲ ਸਾਂਝੀ ਕਰਦੇ ਹਾਂ ਬੜੀ ਅਜੀਬ ਜਿਹੀ ਖਬਰ ਹੈ ਰਾਜਸਥਾਨ ਦੀ ਖਬਰ ਹੈਗੀ ਇਹ ਬੜੀ ਖਤਰਨਾਕ ਜੀ ਖਬਰ ਹੈ ਜੋਧਪੁਰ ਤੋਂ 20 ਕਿਲੋਮੀਟਰ ਦੂਰ ਕੋਈ ਹਾਈਵੇ ਪੈਂਦਾ ਹੈ ਜੋਧਪੁਰ ਉੱਥੇ ਇੱਕ ਮੰਦਰ ਬਣਿਆ ਹੋਇਆ ਹੈ ਓਮ ਬੰਨਾ ਮੰਦਰ ਚਲੋ ਮੰਦਰ ਬਣਨਾ ਵੀ ਕੋਈ ਵੱਡੀ ਗੱਲ ਨਹੀਂ ਪਰ ਨਾਲ ਜੇ ਤੁਸੀਂ ਫੋਟੋ ਦੇਖੋ
ਉਸ ਮੰਦਰ ਦਾ ਨਾਮ ਹੈਗਾ ਬੁਲਟ ਬਾਈਕ ਮੰਦਰ, ਬੁਲਟ ਬਾਈਕ ਮੰਦਰ। ਹੁਣ ਇਹ ਵੀ ਹੈਰਾਨੀ ਵਾਲੀ ਗੱਲ ਹੈਗੀ ਹੈ ਵੀ ਬੁਲਟ ਦਾ ਮੰਦਰ ਕਿੱਦਾਂ ਬਣ ਗਿਆ, ਬੁਲਟ ਮੋਟਰਸਾਈਕਲ ਹੁੰਦਾ, ਬੁਲਟ ਦਾ ਮੰਦਰ ਕਿਵੇਂ ਬਣ ਗਿਆ? ਉਹ ਦੱਸਿਆ ਇਹ ਜਾਂਦਾ ਹੈ ਕਿ ਉਹ ਬੰਦਾ ਜਿਹੜਾ ਹੈਗਾ ਆਪਣੇ ਸਹੁਰਿਆਂ ਨੂੰ ਜਾ ਰਿਹਾ ਸੀਗਾ, ਓਮ ਬੰਨਾ ਨਾਂ ਦਾ ਕੋਈ ਬੰਦਾ, ਪਹਿਲੀ ਵਾਰ ਸਹੁਰਿਆਂ ਨੂੰ ਜਾ ਰਿਹਾ ਸੀ। ਰਸਤੇ 'ਚ ਉਹਦਾ ਐਕਸੀਡੈਂਟ ਹੋ ਗਿਆ, ਦਰਖਤ ਦੇ ਵਿੱਚ ਵੱਜਾ ਮੋਟਰਸਾਈਕਲ, ਤਾਂ ਉਹਦੀ ਡੈਥ ਹੋ ਗਈ। ਚਲੋ ਡੈਥ ਹੋ ਗਈ, ਡੈਡ ਬੋਡੀ ਲੈ ਗਏ ਜਾਂ ਪੋਸਟਮਾਰਟਮ ਕਰਿਆ, ਜੋ ਕਰਨਾ ਕਰਾਉਣਾ ਸੀ ਕਰਕੇ, ਅਤੇ ਉਦੋਂ ਬਾਅਦ ਮੋਟਰਸਾਈਕਲ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਈ, ਜ਼ਬਤ ਕਰ ਲਈ, ਥਾਣੇ ਲੈ ਗਏ। ਕਹਿੰਦੇ ਵੀ ਹੋਇਆ ਇਹ, ਸਵੇਰੇ ਦੇਖਿਆ ਤਾਂ ਮੋਟਰਸਾਈਕਲ ਉੱਥੋਂ ਗਾਇਬ, ਉਸੇ ਥਾਂ 'ਤੇ ਖੜ੍ਹੀ ਜਿੱਥੇ ਐਕਸੀਡੈਂਟ ਹੋਇਆ ਸੀ। ਬੜੇ ਹੈਰਾਨ ਹੋਏ ਪੁਲਿਸ ਵਾਲੇ ਵੀ, ਕਿਹਨੇ ਚੋਰੀ ਕਰਕੇ ਇੱਥੇ ਲਿਆਂਦੀ? ਫਿਰ ਅਗਲੇ ਦਿਨ ਕਹਿੰਦੇ ਕਿ ਲੈਂਦੇ, ਫਿਰ ਥਾਣੇ ਲੈਂਦੀ, ਅਗਲੇ ਦਿਨ ਫਿਰ ਮੋਟਰਸਾਈਕਲ ਉੱਥੇ ਪਹੁੰਚ ਗਈ, ਬਥੇਰੀ ਉਹਦੀ ਰਾਖੀ ਰੁੱਖ ਕੀਤੀ, ਫਿਰ ਕਿਤੇ ਮੋਟਰਸਾਈਕਲ ਉਹਨਾਂ ਨੇ ਬੰਨ੍ਹ ਦਿੱਤੀ, ਚੇਨ ਦੇ ਨਾਲ ਲੋਕ ਲਾ ਕੇ ਬੰਨ੍ਹਤਾ ਉੱਤੇ, ਤਾਂ ਵੀ ਮੋਟਰਸਾਈਕਲ ਉੱਥੇ ਪਹੁੰਚ ਗਈ। ਤਾਂ ਉਦੋਂ ਬਾਅਦ ਕਹਿੰਦੇ ਜੀ ਪੁਲਿਸ ਵਾਲੇ ਨੇ ਮੋਟਰਸਾਈਕਲ ਉੱਥੇ ਖੜਾ ਤੀ, ਵੀ ਇਹਦੇ 'ਚ ਭਾਈ ਕੋਈ ਨਾ ਕੋਈ ਸ਼ਕਤੀ ਆ, ਅਤੇ ਫਿਰ ਲੋਕਾਂ ਨੇ ਉਹ ਮੋਟਰਸਾਈਕਲ ਨੂੰ ਮੱਥੇ ਟੇਕਣੇ ਸ਼ੁਰੂ ਕਰਤੇ, ਉਹ ਇੱਕ ਓਮ ਬੰਨਾ ਚੰਗਾ ਭਲਾ ਕਹਿੰਦਾ ਕਹਾਉਂਦਾ ਮੰਦਰ ਉੱਥੇ ਬਣ ਗਿਆ। ਲਓ ਜੀ, ਇਹ ਸੀਗੀਆਂ ਅੱਜ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਅਜਬ ਗਜਬ ਕਹਿ ਲਓ ਚਾਹੇ ਦੁਨੀਆ ਰੰਗ ਬਿਰੰਗੀ ਕਹਿ ਲਓ, ਵੱਖਰੀਆਂ ਵੱਖਰੀਆਂ ਖਬਰਾਂ ਹੁੰਦੀਆਂ, ਔਰ ਕਈਆਂ 'ਤੇ ਯਕੀਨ ਨਹੀਂ ਹੁੰਦਾ ਕਿ ਇਹੋ ਜਿਹਾ ਕੁਛ ਵੀ ਹੋ ਸਕਦਾ ਦੁਨੀਆ ਦੇ ਵਿੱਚ, ਪਰ ਜੇ ਇਹੋ ਜਿਹਾ ਕੁਛ ਹੈਗਾ, ਮੋਟਰਸਾਈਕਲ ਵਾਲੇ ਮੰਦਰ ਹੈਗੇ ਨੇ, ਤਾਂ ਇਹ ਤਾਂ ਸਿਰਫ ਭਾਰਤ ਦੇ ਵਿੱਚ ਹੋ ਸਕਦੇ, ਦੁਨੀਆ 'ਚ ਕਿਤੇ ਹੋਰ ਨਹੀਂ ਹੋ ਸਕਦੇ। ਬਾਕੀ ਗੱਲਾਂ ਬਾਤਾਂ ਦੁਨੀਆ ਦੇ ਵਿੱਚ ਹੋ ਸਕਦੀਆਂ ਨੇ, ਇਹ ਹੋ ਸਕਦਾ ਹੈ ਦੁਨੀਆ ਦੇ ਕਿਸੇ ਕੋਨੇ 'ਚ ਖਬਰ ਆਪਾਂ ਪੜ੍ਹਦੇ ਹੁੰਦੇ, ਉੱਥੋਂ ਹੀਰਾ ਨਿਕਲਿਆ, ਉੱਥੋਂ ਸੋਨਾ ਨਿਕਲਿਆ, ਉੱਥੋਂ ਉਹ ਨਿਕਲਿਆ, ਭਾਰਤੀ ਖਬਰ ਤਾਂ ਇਹੀ ਹੁੰਦੀ, ਉੱਥੋਂ 8 ਫੁੱਟ ਸੱਪ ਨਿਕਲਿਆ, ਉੱਥੋਂ 8 ਫੁੱਟ ਅਜਗਰ ਨਿਕਲਿਆ, ਮੱਝ ਨੇ 7 ਲੱਤਾਂ ਵਾਲੇ ਕੱਟੇ ਨੂੰ ਜਨਮ ਦਿੱਤਾ। ਸੋ ਇਹ ਖਬਰਾਂ ਭਾਰਤ ਦੀਆਂ ਹੋਰ ਹੁੰਦੀਆਂ, ਬਾਹਰਲੇ ਮੁਲਕਾਂ ਦੀਆਂ ਹੋਰ ਹੁੰਦੀਆਂ। ਉਮੀਦ ਕਰਦਾ ਉੜਦੀਆਂ ਖਬਰਾਂ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ। ਬ੍ਰੇਕ ਤੋਂ ਬਾਅਦ ਵਿਸ਼ੇ ਵੱਲ ਚੱਲਾਂਗੇ, ਵਿਸ਼ਾ ਬਹੁਤ ਛੋਟਾ ਰੱਖੂੰਗਾ ਮੈਂ, ਔਰ ਫਟਾਫਟ ਨਾਲ ਦੀ ਨਾਲ ਆਪਾਂ ਕਾਲਾਂ ਜਿਹੜੀਆਂ ਉਹ ਲੈਣੀਆਂ ਸ਼ੁਰੂ ਕਰ ਦੇਵਾਂਗੇ। ਫਿਲਹਾਲ ਬ੍ਰੇਕ ਦੇਖਦੇ ਰਹੋ, ਜਸਟ ਮਿੰਟ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ, ਅਤੇ ਫਟਾਫਟ ਵਿਸ਼ੇ ਵੱਲ ਚੱਲਦੇ ਹਾਂ ਅਤੇ ਜਾਣਦੇ ਹਾਂ ਤੁਹਾਡੇ ਵਿਚਾਰ। ਵਿਸ਼ਾ ਇਹ ਹੀ ਹੈ ਜੀ, ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹਾਂ, ਬਾਹਰਲੇ ਮੁਲਕਾਂ ਦੇ ਵਿੱਚ ਆਉਣੇ ਹਾਂ, ਕੋਈ ਸੌਖਿਆਂ ਆਉਂਦਾ, ਕੋਈ ਔਖਿਆਂ ਆਉਂਦਾ, ਆਉਣ ਲਈ ਸਾਰੇ ਤੱਤਪਰ ਨੇ, ਉੱਧਰੋਂ ਇੱਧਰੋਂ ਜਾਣ ਲਈ ਕੁਝ ਇੱਕ ਤੱਤਪਰ ਨੇ, ਕੁਝ ਇੱਕ ਨਹੀਂ ਤੱਤਪਰ। ਅਸੀਂ ਅਗਰ ਗੱਲ ਕਰੀਏ ਆਉਣ ਵਾਲਿਆਂ ਦੀ, ਗੱਲ ਛੱਡ ਕੇ ਇੱਧਰੋਂ ਵਾਪਸ ਜਾਣ ਵਾਲਿਆਂ ਦੀ ਗੱਲ ਕਰੀਏ, ਇੰਡੀਆ ਜਾਣ ਵਾਲਿਆਂ ਦੀ, ਪੰਜਾਬ ਜਾਣ ਵਾਲਿਆਂ ਦੀ ਗੱਲ ਕਰਨੀ ਅਸੀਂ ਅੱਜ, ਬੜਾ ਬੜਾ ਸੋਚਣ ਵਾਲਾ ਵਿਸ਼ਾ ਹੈਗਾ। ਸਾਡੇ ਤੋਂ ਪਹਿਲਾਂ ਤੱਕ ਜਿਹੜੇ ਹੈਗੇ ਨੇ ਉਹ ਜਾਂਦੇ ਨੇ ਪੰਜਾਬ ਦੇ ਵਿੱਚ, ਕੋਈ ਹੋਵੇ ਨਾ ਹੋਵੇ, ਬਹੁਤ ਸਾਰੇ ਲੋਕ ਕਹਿੰਦੇ ਹੁਣ ਜਾਈਏ ਕਿਹਦੇ ਕੋਲੇ, ਪਰ ਕਈ ਇਹੋ ਜਿਹੇ ਹੈਗੇ ਨੇ ਕੋਈ ਹੋਵੇ ਨਾ ਹੋਵੇ ਤਾਂ ਉਹਨਾਂ ਨੇ 1-2 ਸਾਲ ਬਾਅਦ ਗੇੜਾ ਮਾਰਨਾ, ਪਿੰਡ ਮਾਰਨਾ, ਕਿਤੇ ਮਾਰਨਾ, ਰਿਸ਼ਤੇਦਾਰੀ ਜਾ ਕੇ, ਅਤੇ ਪੰਜਾਬ ਦਾ ਗੇੜਾ ਮਾਰਨਾ। ਅਸੀਂ ਵੀ ਚਲੋ ਤਤਪਰ ਰਹਿੰਦੇ ਜਾਣ ਵਾਸਤੇ ਵੀ ਜਾਣਾ ਜੀ, ਪੰਜਾਬ ਜਾਣਾ, ਪੰਜਾਬ ਜਾਣਾ, ਪੰਜਾਬ ਜਾਣਾ, ਚਲੋ ਉੱਥੇ ਜਾਣਾ, ਉੱਥੇ ਜਾਣਾ, ਜਾਂਦੇ ਹਾਂ। ਇਦੂ ਬਾਅਦ ਆ ਗਈ ਸਾਡੀ ਅਗਲੀ ਪੀੜ੍ਹੀ, ਤੀਜੀ ਕਹਿ ਲਓ ਚਾਹੇ ਚੌਥੀ ਕਹਿ ਲਓ, ਤੀਜੀ ਤੱਕ ਵੀ ਥੋੜ੍ਹਾ ਸੈੱਟ ਠੀਕ ਰਹੇਗਾ। ਉਹਨਾਂ ਦਾ ਕੀ ਬਣੂ? ਜਾਂ ਜੇ ਹਿਸਾਬ ਨਾਲ ਪੰਜਾਬ ਤੋਂ ਬਾਹਰ ਆਉਣ ਨੂੰ ਤਿਆਰ ਨੇ ਲੋਕ, ਉੱਥੋਂ ਪੰਜਾਬ ਦਾ ਕੀ ਬਣੂ 10 ਸਾਲ ਬਾਅਦ? ਪੰਜਾਬ ਦਾ ਕੀ ਬਣੂਗਾ ਅਸੀਂ ਬਾਅਦ 'ਚ ਗੱਲ ਕਰਾਂਗੇ, ਇੱਧਰ ਦਾ ਕੀ ਬਣੂਗਾ ਉਹਦੀ ਪਹਿਲਾਂ ਗੱਲ ਕਰਦੇ ਹਾਂ। ਮੈਂ ਕੱਲ੍ਹ ਗਿਆ ਕਿਤੇ, ਸਾਡੇ ਇੱਥੇ ਮਿੱਤਰ ਨੇ ਇੱਕ ਬੈਂਕ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਕੋਲ ਬੈਠੇ ਇਹਦਾ, ਗੱਲਾਂ ਬਾਤਾਂ ਚੱਲ ਪਈਆਂ, ਬਾਕੀ ਜਿਵੇਂ ਚੱਲਦੀਆਂ ਆਮ ਕਿਤੇ ਜਾਂਦੇ ਹਾਂ ਤਾਂ ਗੱਲਾਂ ਬਾਤਾਂ ਸ਼ੁਰੂ ਹੋ ਜਾਂਦੀਆਂ, ਰਾਜਨੀਤੀ ਦੀਆਂ, ਕੋਈ ਕਾਸ਼ ਦੀਆਂ, ਕੁਸ ਦੀਆਂ ਗੱਲਾਂ ਸ਼ੁਰੂ ਕਰਾ ਕੇ ਗੱਲ ਚੱਲ ਪਈ ਕਿੱਦਾਂ ਹੋਰ, ਫਿਰ ਪੰਜਾਬ ਚੱਕਰ ਚੁੱਕਰ ਲੱਗਦਾ ਰਹਿੰਦਾ। ਉਹਨਾਂ ਨੇ ਮੈਨੂੰ ਪੁੱਛਿਆ, ਮੈਂ ਕਿਹਾ ਹਾਂਜੀ ਵੀ ਹੁਣੇ ਫਰਵਰੀ ਮਾਰਚ ਜਾ ਕੇ ਆਏ ਹਾਂ, ਪਿਛਲੇ ਜਿਹੜੇ ਆਹ ਸੀਗਾ ਲੰਘ ਕੇ ਮਾਰਚ ਦੇ ਵਿੱਚ ਆਏ, ਹੁਣ ਜਨਵਰੀ ਆ ਗਈ, ਸਾਲ ਕੁ ਨਹੀਂ ਅਜੇ ਹੋਇਆ, ਦੁਬਾਰਾ ਫਿਰ ਚੱਕਰ ਚੁੱਕਰ ਮਾਰਾਂਗੇ, ਚੰਗੀ ਗੱਲ। ਅਤੇ ਮੈਂ ਕਿਹਾ ਤੁਸੀਂ? ਕਹਿੰਦਾ ਅਸੀਂ ਵੀ ਜਾਂਦੇ ਰਹੀਦਾ, ਚੰਗੀ ਗੱਲ, ਜਾਂਦੇ ਰਹਿੰਦਾ ਪੰਜਾਬ ਦੇ ਵਿੱਚ। ਗੱਲਾਂ ਗੱਲਾਂ 'ਚੋਂ ਗੱਲ ਨਿਕਲੀ, ਅਸੀਂ ਤਾਂ ਜਾਂਦੇ ਰਹੀਦਾ ਵੀ ਸਾਡੇ ਜਵਾਕ ਨਹੀਂ ਜਾ ਕੇ ਰਾਜੀ। ਮੈਂ ਕਿਹਾ ਜੀ ਹਾਂ, ਜਵਾਕ ਅੱਜ ਕੱਲ੍ਹ ਦੇ ਘੱਟ ਜਾ ਕੇ ਰਾਜੀ ਨੇ। ਕਹਿੰਦੇ ਨਹੀਂ, ਕਹਿੰਦੇ ਉਹ ਨਹੀਂ ਹੈ। ਕਹਿੰਦੇ ਮੇਰੇ ਮੁੰਡੇ ਦੀ ਸਾਲੀ ਦਾ ਵਿਆਹ ਸੀ, ਸਾਲੀ ਦਾ ਵਿਆਹ ਸੀਗਾ, ਦਿੱਲੀ ਅਸੀਂ ਰਹਿੰਦੇ ਹਾਂ, ਦਿੱਲੀ ਵਿਆਹ ਸੀਗਾ, ਅਤੇ ਮੈਂ ਆਪਣੇ ਮੁੰਡੇ ਨੂੰ ਕਿਹਾ ਵੀ ਤੇਰੀ ਸਾਲੀ ਦਾ ਵਿਆਹ, ਤੈਨੂੰ ਜਾਣਾ ਚਾਹੀਦਾ ਪੰਜਾਬ 'ਚ। ਉਹ ਕਹਿੰਦਾ ਵੀ ਮੈਂ ਨਹੀਂ ਜਾਣਾ। ਮੁੰਡੇ ਦੀ ਮੰਮੀ ਨੇ ਵੀ ਕਿਹਾ ਤੈਨੂੰ ਜਾਣਾ ਚਾਹੀਦਾ, ਤੇਰੀ ਸਾਲੀ ਦਾ ਵਿਆਹ ਯਾਰ, ਸੱਦਿਆ ਨਾਲੇ ਬਹਾਨੇ ਸਿਰ ਗੇੜਾ ਗੁੜਾ ਕੱਢਣਾ, ਮੈਂ ਨਹੀਂ ਜਾਣਾ। ਉਹਨੂੰ ਅਖੀਰ ਮਨਾਇਆ ਵੀ ਤੂੰ ਚੱਲ, ਅੱਗਿਓਂ ਬੜੀ
ਕਮਾਲ ਦੀ ਗੱਲ, ਜਿਹੜੀ ਤਰਾਸਦੀ ਗੱਲ ਆ ਜਿਹੜੀ ਇਹ ਹੈ, ਜਦੋਂ ਉਹਨੂੰ ਮਨਾਇਆ ਜਾਣ ਵਾਸਤੇ ਉਹ ਕਹਿੰਦਾ ਜੀ ਪਹਿਲਾਂ ਮੈਨੂੰ ਰਿਟਰਨ ਦਿਓ ਲਿਖ ਕੇ, ਪੰਜਾਬੀ 'ਚ ਲਿਖ ਕੇ ਦਿਓ, ਈਮੇਲ ਕਰੋ ਵੀ ਅੱਜ ਅਸੀਂ ਤੈਨੂੰ ਜ਼ੋਰ ਪਾ ਰਹੇ ਗਾਂ ਤਾਂ ਤੈਨੂੰ ਪੰਜਾਬ ਜਾਣ ਲਈ, ਇੰਡੀਆ ਜਾਣ ਲਈ ਨਹੀਂ ਕਵਾਂਗੇ। ਮੈਂ ਸੁਣ ਕੇ ਸੁਣ ਹੋ ਗਿਆ, ਵਾਹਿਗੁਰੂ ਰੱਬਾ, ਆਹ ਹਾਲ ਹੈ ਕਿ ਸਾਡੇ ਨਿਆਣੇ ਕਹਿੰਦੇ ਵੀ ਲਿਖ ਕੇ ਦਿਓ ਸਾਨੂੰ, ਵੀ ਸਾਨੂੰ ਇੰਡੀਆ ਜਾਣ ਵਾਸਤੇ ਫੋਰਸ ਨਹੀਂ ਕਰੋਗੇ, ਪੰਜਾਬ ਜਾਣ ਵਾਸਤੇ ਫੋਰਸ ਨਹੀਂ ਕਰੋਗੇ। ਸੋ ਇਹ ਚੀਜ਼ ਹਜੇ ਹੈ ਨਹੀਂ ਗੀ। ਔਰ ਸਭ ਤੋਂ ਵੱਡੀ ਜਿਹੜੀ ਇੱਕ ਸੱਚਾਈ ਇਹ ਹੈ ਵੀ ਇਹ ਗੱਲ 'ਚ ਵੀ ਕੋਈ ਦੋ ਰਾਏ ਨਹੀਂ ਹੈਗੀ, ਕੋਈ ਦੁਚਿਤੀ ਨਹੀਂ ਹੈਗੀ ਵੀ ਪਿੰਡ ਸਾਡਾ ਹੈ ਹੀ ਕੋਈ ਨਹੀਂ, ਜਾਈਏ ਕਿਹਦੇ ਕੋਲ। ਪਰ ਉਸ ਤੋਂ ਬਾਅਦ ਗੱਲ ਆ ਜਾਂਦੀ ਕਿ ਸਾਡੇ ਰਿਸ਼ਤੇਦਾਰ ਜਿਹੜੇ ਹੈਗੇ ਨੇ, ਉਹ ਰਿਸ਼ਤੇਦਾਰ ਵੈਸੇ ਹੀ ਤਕਰੀਬਨ ਵੱਟੇ ਜਾਂਦੇ ਨੇ, ਪਹਿਲੇ ਅੱਧੇ ਕੁ ਤਾਂ ਇਸੇ ਗੱਲੋਂ ਹੀ ਵੱਟੇ ਜਾਂਦੇ ਨੇ, ਜਿਹੜੇ ਉੱਧਰ ਰਹਿੰਦੇ ਲੈ ਵੀ ਬਾਹਰ ਚਲੇ ਗਏ, ਹੁਣ ਆਕੜ ਹੋ ਗਈ, ਹੁਣ ਸਾਨੂੰ ਪੁੱਛਦਾ ਨਹੀਂ, ਅੱਧੇ ਕੁ ਉਦੋਂ ਟੁੱਟ ਜਾਂਦੇ ਆ, ਥੋੜ੍ਹੇ ਬਹੁਤ ਜਿਹੜੇ ਕਈ ਖਾਸ ਹੁੰਦੇ ਆ ਉਹ ਉੱਧਰ ਜਦੋਂ ਪ੍ਰੋਪਰਟੀ ਵਗੈਰਾ ਕੋਈ ਚੱਕਰ ਪੈਂਦਾ ਤਾਂ ਉਦੋਂ ਦੱਬਣ ਦੁੱਬਣ ਦੇ ਚੱਕਰ 'ਚ ਅੱਧੇ ਕੁ ਉਦੋਂ ਟੁੱਟ ਜਾਂਦੇ, ਰਿਸ਼ਤੇਦਾਰਾਂ ਸਾਡਾ ਇਹ ਹਾਲ ਹੋਇਆ ਪਿਆ। ਮੈਂ ਮੁੱਖ ਦੀ ਗੱਲ ਤੁਹਾਡੇ ਨਾਲ ਇਹ ਕਰਨੀ ਹੈ, ਤੁਹਾਡੀਆਂ ਕਾਲਾਂ ਲੈ ਕੇ, ਵੀ ਆਉਣ ਵਾਲੀ ਇਸ ਤੋਂ ਅਗਲੀ ਜਨਰੇਸ਼ਨ ਕਿਹੋ ਜਿਹੀ ਹੋਊ ਸਾਡੀ ਇੱਧਰਲੇ ਮੁਲਕਾਂ ਦੀ, ਕਿੰਨੀ ਕੁ ਪੰਜਾਬ ਨਾਲ ਜੁੜੀ ਹੋਊ ਜਾਂ ਕਿੰਨੀ ਕੁ ਪੰਜਾਬੀ ਨਾਲ ਜੁੜੀ ਰਹਿ ਸਕਦੀ ਹੈ ਇਸ ਤੋਂ ਅਗਲੀ ਅਸੀਂ ਅੱਜ ਘਰ ਦੇ ਵਿੱਚ ਪੰਜਾਬੀ ਬੋਲਦੇ, ਸਾਡੇ ਨਿਆਣੇ ਜਾਂ ਪੋਤੇ ਪੋਤੀਆਂ ਪੰਜਾਬੀ ਬੋਲਣਗੇ, ਪਰ ਉਸ ਤੋਂ ਅਗਲੀ ਜਨਰੇਸ਼ਨ, ਤੇਰਾ ਕਿਆ ਹੋਗਾ ਕਾਲੀਆ, ਉਸ ਜਨਰੇਸ਼ਨ ਦਾ ਕੀ ਹੋਊਗਾ, ਇਹ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਨੰਬਰ ਸਕਰੀਨ 'ਤੇ ਆ ਰਿਹਾ ਹੁਣ, ਡਾਇਲ ਕਰਕੇ ਗੱਲਬਾਤ ਕਰ ਸਕਦੇ। ਹਾਂਜੀ ਹਾਂਜੀ ਹਾਂਜੀ, ਕਰੀ ਪੈਣਾ ਜੀ, ਕੀ ਹਾਲ ਚਾਲ ਜੀ? ਠੀਕ ਠਾਕ ਆ, ਤੇ ਹੁਣ ਜਿਹੜਾ ਜਿਹੜਾ ਹੈਗਾ ਇੰਦੂ, ਇੰਦੂ ਸ਼ਰੀਫ, ਇੰਦੂ, ਹਾਂ ਇੰਦੂ, ਹਾਂ, ਤੇ ਉਹਨੇ ਬਹੁਤ ਸੋਹਣੇ ਗਾਣੇ ਗਾਏ ਆ, ਜੇ ਉਸ ਤਰ੍ਹਾਂ ਦੇ ਗਾਣੇ ਗਾਉਣ ਤੇ ਫਿਰ ਬਹੁਤ ਵਧੀਆ। ਤੇ ਹੁਣ ਅੱਜ ਕੱਲ ਇੰਨੇ ਭੈੜੇ ਗਾਣੇ ਚੱਲੇ ਵੇ ਆ ਨਾ। ਚਲੋ ਆਪਾਂ ਮਾਸੀ ਜੀ ਮੇਰੀ ਗੱਲ ਸੁਣੋ, ਆਪਾਂ ਨਾ ਸਮਾਂ ਥੋੜਾ ਹੁੰਦਾ, ਆਪਾਂ ਗੱਲ ਕਰਦੇ ਜਿਹੜੀ ਨਾ ਵੀ ਅਗਲੀ ਪੀੜ੍ਹੀ ਜਿਹੜੀ ਹੈਗੀ, ਤੀਜੀ ਪੀੜ੍ਹੀ ਤੁਹਾਡੇ ਪੋਤਿਆਂ ਤੋਂ ਬਾਅਦ ਜਿਹੜੀ ਪੀੜ੍ਹੀ ਆਊ ਉਹ ਕਿੰਨਾ ਕੁ ਪੰਜਾਬ ਜਾਊਗੀ ਜਾਂ ਕਿੰਨਾ ਕੁ ਪੰਜਾਬੀ ਦੇ ਨਾਲ ਜੁੜੀ ਰਹੂਗੀ, ਸਵਾਲ ਇਹ ਹੈ। ਮੈਂ ਗੱਲ ਸੁਣਦੇ ਨੇ, ਮੇਰੇ ਪੰਜ ਕੋਲੇ ਆ ਗਏ ਨਾ, ਪੰਜ ਕੋਲੇ, ਨਹੀਂ ਨਹੀਂ ਮੈਂ ਜਿਹੜੀ ਗੱਲ ਕਰਦੇ ਜਵਾਕਾਂ ਦੀ ਗੱਲ ਕਰਦੇ ਆਪਾਂ, ਨਹੀਂ ਪੀੜ੍ਹੀ ਦੀ ਗੱਲ ਕਰਦੇ, ਪੀੜ੍ਹੀ ਦੀ, ਪੀੜ੍ਹੀ ਦੀ, ਤੇ ਮੈਂ ਵੀ ਜਾਂਦੀ ਹਾਂ, ਹਰ ਸਾਲ ਮੇਰਾ ਭਰਾ ਵੀ ਜਾਂਦਾ ਹੈਗਾ, ਤੇ ਉਹਨਾਂ ਦੇ ਜਵਾਕ ਵੀ ਜਾਂਦੇ, ਜਰੂਰ ਜਾਣਾ ਚਾਹੀਦਾ। ਤੇ ਮੈਂ ਤਾਂ ਇਹ ਕਹੂੰਗੀ, ਮੈਂ ਤਾਂ ਹਰ ਸਾਲ ਜਾਂਦੀ ਹਾਂ, ਮੇਰਾ ਭਰਾ ਵੀ ਹਰ ਸਾਲ ਜਾਂਦਾ, ਤੇ ਮੇਰਾ ਮੁੰਡਾ ਵੀ ਜਾਂਦਾ ਹੈਗਾ। ਮੈਂ ਇਹੀ ਗੱਲ ਕੀਤੀ ਸੀ ਵੀ ਅਸੀਂ ਤੁਸੀਂ ਜਾਂਦੇ, ਸਾਡੇ ਨਿਆਣੇ ਵੀ ਚਲੋ ਜਾਂਦੇ, ਉਹਨਾਂ ਦੇ ਗਾਹ ਕੀ ਬਣੂ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਸਤਿ ਸ਼੍ਰੀ ਅਕਾਲ ਜੀ, ਰਾਜਕੁਮਾਰ ਜੀ, ਕੀ ਹਾਲ ਚਾਲ ਹੈ? ਠੀਕ ਹੈ ਜੀ, ਇੱਦੂ ਭਾਜੀ ਤੋਰ ਤੇ। ਇੱਦੂ ਭਾਜੀ ਦੇਖੋ ਜੀ, ਕਿਹਨਾਂ ਹਾਲਾਤਾਂ ਚੋਂ ਗਏ ਨੇ, ਔਰ ਅਸੀਂ ਵੀ ਬੈਠੇ ਕਰਦੇ, ਪਰ ਅਸੀਂ ਜਾ ਕੇ ਆਏ ਹਾਂ, ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਉਹ ਜਾਂ ਤਾਂ ਅਨਪੜ੍ਹਤਾ, ਜਿਵੇਂ ਭੌਰਾ ਸਾਹਿਬ ਨੇ ਕਿਹਾ ਵੀ ਇਸ ਕਰਕੇ ਨਹੀਂ ਅੱਗੇ ਆ ਸਕੇ, ਅਦਰਵਾਈਜ਼ ਇੰਨੀ ਵਧੀਆ ਆਵਾਜ਼ ਪਿੱਛੇ ਰਹਿ ਨਹੀਂ ਸਕਦੀ। ਅੱਜ ਕੱਲ੍ਹ ਤਾਂ ਪਲੇਟਫਾਰਮ ਹੀ ਬੜੇ ਨੇ, ਨੈਸ਼ਨਲ ਇੰਟਰਨੈਸ਼ਨਲ ਪਲੇਟਫਾਰਮ ਬੜੇ ਨੇ ਜੀ। ਉਹਨੇ ਦੋ ਮੁੰਡੇ ਗਾਉਂਦੇ ਸੀਗੇ, ਬਹੁਤ ਸੋਹਣੇ ਗਾਉਂਦੇ ਸੀ, ਆਵਾਜ਼ ਬੜੀ ਸੋਹਣੀ ਸੀ, ਗਾਉਂਦੇ ਵਧੀਆ। ਅੱਛਾ ਰਾਜਕੁਮਾਰ ਜੀ, ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਹਾਂਜੀ, ਇਸ ਤੋਂ ਬਾਅਦ ਜਿਹੜੀ ਸਾਡੀ ਪੀੜ੍ਹੀ ਤੋਂ ਬਾਅਦ ਅਗਲੀ ਪੀੜ੍ਹੀ ਜਿਹੜੀ ਹੈ ਉਹਨੂੰ ਪੰਜਾਬ, ਆਪਾਂ ਇੱਕ ਤਾਂ ਸਿੱਧਾ ਸਿੱਧਾ ਲੌਜਿਕ ਹੈ ਇਹਦੇ 'ਚ, ਬਹਾਨਾ ਨਹੀਂ ਹੈ, ਲੌਜਿਕ ਹੈ ਕਿ ਪੰਜਾਬ 'ਚ ਹੈ ਹੀ ਕੋਈ ਨਹੀਂ ਸਾਡਾ, ਜਾਈਏ ਕਿਹਦੇ ਕੋਲੇ। ਇਹ ਗੱਲ ਸਹੀ ਹੈ ਜੀ, ਤੇ ਇਹ ਇਹਦਾ ਹੱਲ ਕੋਈ ਲੱਗਦਾ ਜਾਂ ਕਿਵੇਂ ਨਿਆਣੇ ਅਗਲੇ ਨਿਆਣੇ, ਵੈਸੇ ਵੀ ਜੇ ਹੋਵੇ ਵੀ ਨਿਆਣੇ ਜਾ ਕੇ ਰਾਜੀ ਨਹੀਂ ਹੈਗੇ, ਨਿਆਣੇ ਕਹਿੰਦੇ ਨਾ ਜੀ ਨਾ ਅਸੀਂ ਜਾਣਾ, ਇੱਥੇ ਨਹੀਂ ਜਾ ਕੇ ਰਾਜੀ, ਇੱਥੇ ਸਾਡੇ ਰਿਲੇਟਿਵ ਰਹਿੰਦੇ ਆ ਵਰਜੀਨੀਆ ਬੀਚ, ਅੱਛਾ, ਉੱਥੇ ਨਹੀਂ ਜਾ ਕੇ ਰਾਜੀ, ਬੀਚ 'ਤੇ ਜਾਣਾ ਹੋਵੇ ਹਾਂ ਕਹਿਣਗੇ ਚੱਲਦੇ ਹਾਂ, ਜਾਣਗੇ ਰਹਿਣਗੇ ਇੱਕ ਦਿਨ, ਘਰ ਕਹਾਂਗੇ ਚਲੋ ਘਰ ਵਿੱਚ ਘਰ ਚਲੀਏ, ਉੱਥੇ ਉਹ ਖਾਣ ਪੀਣ ਵੀ ਵਧੀਆ ਬਣਾਉਂਦੇ ਆ, ਰੈਸਟੋਰੈਂਟ ਉਹਨਾਂ ਦੇ ਆਪਣੇ ਆ, ਰੈਸਟੋਰੈਂਟ ਬਿਜ਼ਨਸ, ਅਤੇ ਬੜੇ ਵਧੀਆ, ਅਤੇ ਉਹ ਉਹਨਾਂ ਦੇ ਘਰ ਨਹੀਂ ਜਾ ਕੇ ਰਾਜੀ। ਨਹੀਂ ਮੈਂ ਇਹ ਸੋਚਦਾ ਸੀ, ਚਲੋ ਇਹ ਇੱਕ ਅਲੱਗ ਟੋਪਿਕ ਆਇਆ ਵੀ ਅਗਰ ਪੰਜਾਬ ਤੋਂ ਦੁਨੀਆ ਇੱਧਰ ਜਿਸ ਹਿਸਾਬ ਨਾਲ ਆ ਰਹੀ ਆ, ਕੈਨੇਡਾ, ਅਮੈਰੀਕਾ, ਆਸਟ੍ਰੇਲੀਆ ਦੇ ਵਿੱਚ, ਜਾਂ ਇੱਧਰੋਂ ਜਿਸ ਹਿਸਾਬ ਨਾਲ ਜਾ ਕੇ ਰਾਜੀ ਨਹੀਂ ਹੈਗੇ, ਜਮ੍ਹਾਂ ਹੀ ਨਿਆਣੇ, ਜਾਂ ਅਸੀਂ ਲੋਕ ਇੱਥੇ, ਮੈਂ ਇੱਕ ਵਾਰੀ ਪ੍ਰੋਗਰਾਮ ਰੱਖਿਆ ਸੀ ਅਤੇ ਉਹ ਰੋ ਪਏ ਸੀ, ਰੋ ਪੰਜਾਬ ਦੇ ਵਿੱਚ, ਉਹ ਕਹਿੰਦੇ ਵੀ ਅਸੀਂ ਪੰਜਾਬ ਕੰਨਾਂ ਨੂੰ ਹੱਥ ਲਾਏ ਆ, ਵੀ ਅੱਜ ਤੋਂ ਪੰਜਾਬ ਨਹੀਂ ਜਾਣਾ, ਇੰਨੇ ਦੁਖੀ ਹੋ ਕੇ ਪੰਜਾਬ ਤੋਂ ਆਏ ਸੀ,
ਨਿਆਣਿਆਂ ਦੀ ਗੱਲ ਛੱਡੀਏ, ਅਸੀਂ ਤੁਸੀਂ ਸਾਡੇ 'ਚੋਂ ਬਹੁਤ ਸਾਰੇ ਲੋਕ ਇਹੋ ਜਿਹੇ ਹੈਗੇ ਨੇ ਉੱਥੇ ਸਿਸਟਮ ਤੋਂ ਜਾਂ ਉੱਥੇ ਰਿਸ਼ਤੇ ਰਿਸ਼ਤੇਦਾਰ ਦੁਖੀ ਨੇ, ਉਹ ਜਾ ਕੇ ਰਾਜੀ ਨਹੀਂ। ਮੈਂ ਸੋਚਣ ਵਾਲੀ ਗੱਲ ਇਹ ਸੀ ਵੀ ਅੱਜ ਤੋਂ 10 ਸਾਲ ਬਾਅਦ ਕੀ ਮਾਹੌਲ ਹੋਏਗਾ, ਕੀ ਮਾਹੌਲ ਹੋਏਗਾ ਪੰਜਾਬ ਦਾ ਜਾਂ ਇੱਥੋਂ ਦਾ। ਹਾਂਜੀ ਜੀ, ਹੁਣ ਬੱਚਿਆਂ ਦੀ ਹੁਣ ਦੀ ਜਿਹੜੀ ਆਦਤ ਹੈ, ਉਹਨਾਂ ਨੂੰ ਅਸੀਂ ਕਹਿ ਨਹੀਂ ਸਕਦੇ ਕਿ ਨਹੀਂ ਡੈਗੋ ਕਹਿੰਦੇ ਜੀ, ਇੱਕ ਇੱਕ ਹੈਗਾ ਕੈਪਟਨ ਆ, ਇੱਕ ਡਾਕਟਰ ਆ, ਇੱਕ ਮੁੰਡਾ ਬਿਜ਼ਨਸ ਵਿੱਚ ਆ, ਉਹਨਾਂ ਤਿੰਨਾਂ ਨੂੰ ਮੈਂ ਉਹਨਾਂ ਦੇ ਬਿਜ਼ਨਸ ਨੂੰ ਲਾ ਨਹੀਂ ਸਕਦਾ। ਬੜੇ ਸੋਹਣੇ ਪੈਸੇ ਕਮਾਉਂਦੇ ਇੱਥੇ ਬਣਾਉਂਦੇ ਆ ਉਹਨਾਂ ਦੇ, ਜਾਂ ਇੱਦਾਂ ਹੀ ਚੱਲੀ ਚੁਲੀ ਜਾਊ, ਜਿਵੇਂ ਲੱਗਦਾ ਵੀ ਐਵੇਂ ਚੱਲੀ ਚੁਲੀ ਜਾਊਗਾ ਮੇਰੇ ਖਿਆਲ ਜਿਵੇਂ ਹੈਗਾ ਆਪਾਂ ਐਵੇਂ। ਕੋਈ ਇੰਟਰਸਟ ਹੀ ਨਹੀਂ ਇਹਨਾਂ, ਕੋਈ ਇੰਟਰਸਟ ਨਹੀਂ ਉੱਥੇ ਜਾਣ ਦਾ। ਚਲੋ ਪੰਜਾਬੀ ਵਾਸਤੇ ਇੱਕ ਮੈਨੂੰ ਯਾਦ ਆਈ ਕਿ ਇੱਦੂ ਭਾਈ ਦੇ ਨਾਲ ਹੁੰਦਾ ਸੀ ਬਰਕਤ ਸਿੱਧੂ। ਬਰਕਤ ਸਿੱਧੂ ਹੁੰਦੇ ਸੀ, ਹਾਂਜੀ ਮੋਗੇ ਵਾਲੇ, ਬਹੁਤ ਵਧੀਆ ਬੰਦੇ ਸੀ। ਮੇਰੇ ਘਰ ਆ ਕੇ ਉਹਨਾਂ ਨੇ ਹਰ ਹਫ਼ਤੇ ਰਾਜਕੁਮਾਰ ਜੀ ਛੋੜ ਦੇ ਥੋੜੀ ਗੱਲ। ਹਾਂਜੀ, ਤੁਹਾਨੂੰ ਮੈਂ ਦੱਸਿਆ ਸੀ ਨਾ, ਮੈਂ ਇੱਕ ਆਪਣੇ ਮੰਗਾ ਹੈਗਾ, ਮੰਗਾ ਹਾਂਜੀ, ਮੰਗਾ ਉਹਦਾ ਹੀ ਭਰਾ ਆ, ਤੇ ਉਹਨੂੰ ਮੈਂ ਕਰਨਾ ਮਾਰ ਕੇ ਤੇ ਥਾਂ ਦਿੱਤਾ ਸੀ 10 ਮਰਲੇ। ਹਾਂਜੀ ਹਾਂਜੀ ਹਾਂਜੀ, ਠੀਕ ਹੈ। 10 ਮਰਲੇ ਚ ਉਹਨੇ ਘਰ ਬਣਾਇਆ ਹੋਇਆ, ਇੰਡੀਆ ਜਾਣ ਦੇ ਤੇ ਸਿੱਧੀ ਗੱਲ ਆ, ਸਾਡਾ ਵੀ 50% ਬਹੁਤ ਘੱਟ ਗਿਆ। ਕਾਰਨ ਕੀ ਹੈ ਜੀ? ਕਾਰਨ ਨਿਆਣੇ ਲਿਖ ਰਿਟਨ ਮੰਗਣ ਲੱਗ ਪਏ ਘਰਦਿਆਂ ਕੋਲੋਂ ਵੀ ਤੁਸੀਂ ਸਾਨੂੰ ਇੰਡੀਆ ਜਾਣ ਲਈ ਜ਼ੋਰ ਨਹੀਂ ਪਾਓਗੇ, ਅਸੀਂ ਇਸ ਵਾਰ ਚੱਲ ਜਾਂਦੇ। ਹਾਂਜੀ, ਤੁਸੀਂ ਲਾ ਲਓ, ਮੇਰਾ ਬੱਚਾ ਪਹਿਲਾਂ 6 ਮਹੀਨੇ ਦਾ ਜਾ ਸੀਗਾ, ਬਾਅਦ 3 ਸਾਲ ਦਾ, ਚਲੋ ਹਨਾ ਇਹ ਇੱਥੋਂ ਇੰਡੀਆ ਤੋਂ ਚੜ੍ਹ ਲੱਗੇ ਇਹ ਜਹਾਜ਼, ਉਹਨੂੰ ਪਹਿਲਾਂ ਤਾਂ ਪਤਾ ਨਹੀਂ ਲੱਗਿਆ, ਜਦੋਂ ਜਹਾਜ਼ ਆ ਉਹ ਬੱਚਾ ਆਪਣੇ ਵਿੰਡੋ ਬੰਦ ਕਰਨ ਲੱਗੇ, ਕਹਿੰਦਾ ਬਾਹਰ ਕੱਢੋ ਤੈਨੂੰ। ਅੱਛਾ, ਕਹਿੰਦਾ ਮੈਂ ਨਹੀਂ ਜਾਣਾ ਇੰਡੀਆ। ਉਹਦੇ 3 ਸਾਲ ਦਾ ਸੀ, ਤੇ ਉਦੋਂ ਪਤਾ ਨੀ ਇੱਥੇ ਦਾ ਕੋਈ ਪਾਣੀ ਏਦਾਂ ਦਾ, ਨਿਆਣੇ ਪਤਾ ਨੀ ਕੀ ਹਿਸਾਬ ਕਿਤਾਬ, ਜਾ ਕੇ ਖੁਸ਼ੇ ਨੀ ਇੰਡੀਆ। ਮੈਂ ਸਮਝਦਾ ਵੀ ਉੱਥੇ ਸਿਸਟਮ ਜਿਹੜਾ ਇੱਕ ਜਿਹੜਾ ਤੇ ਮੁਹੱਬਤ ਹੁੰਦਾ ਸੀ ਇੱਧਰੋਂ ਜਾਂਦਿਆਂ ਨੂੰ ਮਿਲਦਾ ਸੀ, ਉਹ ਵੀ ਮੇਰੇ ਖਿਆਲ ਹੁਣ ਖਤਮ ਹੋ ਗਿਆ, ਸਿਸਟਮ ਤਾਂ ਹੈ ਹੀ ਹੈ ਖਤਮ। ਹਾਂ, ਸਿਸਟਮ ਦਾ ਇੱਕ ਰਿਸ਼ਤੇਦਾਰ ਵੀ ਸਾਰੇ ਜਿੱਦਾਂ ਜਿੱਦਾਂ ਉਹ ਸਿਰਫ ਲਾਲਚੀ ਪੈਸੇ ਦੇ ਦੂਸਰੇ ਚ ਮੂੰਹ ਚ ਫਸ ਗਿਆ, ਪਿਆਰ ਤਾਂ ਬਿਲਕੁਲ ਹੀ ਟੁੱਟ ਗਿਆ। ਬਿਲਕੁਲ ਜੀ, ਬਿਲਕੁਲ ਬਿਲਕੁਲ, ਮੈਂ ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਮਿਹਰਬਾਨੀ, ਮੈਂ ਸੱਚੀ ਮੁੱਚੀ ਸੁਣ ਕੇ ਹੈਰਾਨ ਰਹਿ ਗਿਆ ਵੀ ਲਿਖਤੀ ਰੂਪ ਦਿਓ ਜੀ ਸਾਨੂੰ ਤੁਸੀਂ ਪ੍ਰੂਫ, ਸਾਡੇ ਕੋਲ ਚਾਹੀਦਾ ਵੀ ਇੰਨੀ ਤਰੀਕ ਨੂੰ ਤੁਸੀਂ ਕਿਹਾ ਸੀ ਵੀ ਇੰਡੀਆ ਜਾਣ ਵਾਸਤੇ ਨਹੀਂ ਕਹੋਗੇ, ਪੰਜਾਬ ਜਾਣ ਵਾਸਤੇ ਨਹੀਂ ਕਹੋਗੇ, ਕੀ ਕਹਿਣਾ ਚਾਹੁੰਦੇ ਤੁਸੀਂ, ਕੀ ਇਹਦਾ ਹੱਲ ਹੋ ਸਕਦਾ, ਕੀ ਨਹੀਂ ਹੋ ਸਕਦਾ, ਕੀ ਸਾਨੂੰ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਜ਼ਰੂਰ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਹੋ ਜਸ ਪੰਜਾਬੀ। ਜੀ ਹਾਜ਼ਰ, ਬ੍ਰੇਕ ਤੋਂ ਬਾਅਦ ਤਾਂ ਗੱਲਬਾਤ ਚੱਲ ਰਹੀ ਹੈ, ਬੜਾ ਸੰਗੀਨ ਵਿਸ਼ਾ ਹੈਗਾ। ਮੈਂ ਜਿਵੇਂ ਪਹਿਲਾਂ ਗੱਲ ਕੀਤੀ ਸੀ ਕਿ ਕੋਈ ਇੰਡੀਆ ਜਾਣਾ ਸੀ ਕਿਸੇ ਬੱਚੇ ਨੇ, ਤਾਂ ਉਹ ਕਹਿੰਦਾ ਜੀ ਮੈਨੂੰ ਲਿਖਤੀ ਰੂਪ ਦਿਓ ਵੀ ਇਸ ਵਾਰ ਮੈਂ ਚੱਲ ਜਾਂਦਾ, ਅਤੇ ਅੱਗੇ ਤੋਂ ਮੈਂ ਨਹੀਂ ਜਾਵਾਂਗਾ, ਅਤੇ ਆਉਣ ਵਾਲੇ 10 ਸਾਲਾਂ 'ਚ ਕੀ ਮਾਹੌਲ ਹੋ ਸਕਦਾ ਜਾਂ ਨੈਕਸਟ ਜਨਰੇਸ਼ਨ ਦਾ ਕੀ ਮਾਹੌਲ ਹੋ ਸਕਦਾ, ਫਟਾਫਟ ਗੱਲ ਕਰਦੇ। ਹੈਲੋ, ਹੈਲੋ ਜੱਗੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਹਾਂਜੀ ਹਾਂਜੀ, ਕੀ ਹਾਲ ਚਾਲ ਹੈ? ਕੀ ਹਾਲ ਹੈ? ਹਾਂਜੀ, ਗੁਰੂ ਘਰ ਗਏ ਸੀ ਉਦੋਂ। ਹਾਂਜੀ ਹਾਂਜੀ, ਬਸ ਇਹ ਮੈਂ ਕਹਿੰਦੀ ਜਿਹੜੇ ਬੱਚੇ ਇੱਥੇ ਦੇ, ਜਿੱਦਾਂ ਮੇਰੇ ਬੱਚੇ ਆ, ਉਹ ਇੱਥੇ ਦੇ ਬੋਰ ਨੇ ਆ, ਉਹਨਾਂ ਨੂੰ ਤਾਂ ਕੋਈ ਇੰਟਰਸਟ ਨਹੀਂ ਹੈਗਾ। ਇਹ ਤਾਂ ਜਿੰਨਾ ਚਿਰ ਆਪਾਂ ਜੀ ਨੇ ਆ, ਹਾਂਜੀ, ਉਹਨਾਂ ਚਿਰ ਹੀ ਪੰਜਾਬ ਨਾਲ ਪਿਆਰ ਆ, ਉਹ ਨਹੀਂ ਛੁੱਟਣਾ। ਇਹਦਾ ਹੱਲ ਕੀ ਹੈ ਜੀ? ਹੈ ਕੋਈ ਹੱਲ ਕਿ ਨਹੀਂ? ਕਿ ਬੱਚਿਆਂ ਨੂੰ ਕੋਈ ਇੰਟਰਸਟ ਹੀ ਨਹੀਂ ਹੈਗਾ, ਕਿਉਂਕਿ ਉਹਨਾਂ ਦੀ ਕੋਈ ਅਟੈਚਮੈਂਟ ਹੀ ਨਹੀਂ ਉੱਥੇ। ਬਿਲਕੁਲ ਜੀ, ਬਿਲਕੁਲ। ਚਲੋ ਜੀ, ਮੈਂ ਤੁਹਾਨੂੰ ਕਾਲ ਕਰੂੰਗਾ, ਤੁਹਾਡਾ ਨੰਬਰ ਨੋਟ ਕੀਤਾ ਹੁਣ। ਅੱਛਾ, ਚਲੋ ਮੈਂ ਕਾਲ ਕਰੂੰਗਾ ਤੁਹਾਨੂੰ, ਮਿਹਰਬਾਨੀ, ਬਹੁਤ ਮਿਹਰਬਾਨੀ। ਹੈਲੋ, 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 ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਹਾਂਜੀ ਸਰ, ਕੌਣ ਬੋਲਦੇ? ਮੈਂ ਕਮਲਜੀਤ ਬੋਲਦਾ ਜੀ। ਕਮਲਜੀਤ ਜੀ, ਤੁਹਾਡੀ ਕਾਲ ਲਾਈਵ ਲੱਗੀ ਹੋਈ, ਕੀ ਕਹਿਣਾ ਚਾਹੁੰਦੇ ਜੀ? ਓ, ਸਤਿ ਸ਼੍ਰੀ ਅਕਾਲ ਜੱਗੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ, ਹਾਂਜੀ, ਕੀ ਕਹਿਣਾ ਚਾਹੁੰਦੇ? ਬਾਈ ਜੀ, ਮੇਰਾ ਨਹੀਂ ਖਿਆਲ ਬੱਚਿਆਂ ਦਾ ਇੰਟਰਸਟ ਹੋਊਗਾ ਪੰਜਾਬ ਜਾਣ ਨੂੰ ਇਨ ਫਿਊਚਰ 'ਚ, ਬਿਕੋਜ਼ ਸਿਸਟਮ ਤੋਂ ਫੋਰ ਅਪ ਹੋਏ ਆਪਣੇ ਬੱਚੇ।
ਮਾਹੌਲ ਕੀ ਹੋਏਗਾ ਮੈਨੂੰ ਤੇ ਨਹੀਂ ਸਮਝ ਆਉਂਦੀ। ਅਸੀਂ ਚਲੋ ਨਹੀਂ ਹੋਏ ਇਸ ਦੁਨੀਆਂ ਦੇ ਵਿੱਚ ਤਾਂ ਜਮਾਂ ਹੀ ਪੰਜਾਬ ਨਾਲੋਂ ਟੁੱਟ ਜੂ ਕੰਮ। ਹਾਂਜੀ ਮਹਾਰਾਜ, ਇਹੀ ਇਹੀ ਆਪਾਂ ਲਾਸਟ ਕੀਤਾ ਮੇਰੇ ਓਪੀਨੀਅਨ ਦੇ ਹਿਸਾਬ ਨਾਲ, ਤਾਂ ਆਪਾਂ ਆਪਣਾ ਫਿਊਚਰ ਆਪਣੀ ਜਨਰੇਸ਼ਨ ਇਹਨੀ ਅਮਰੀਕਨ ਹੀ ਬਣ ਜਾਣਾ ਮੂਹਰੇ। ਚਲੋ ਦੇਖੋ ਜੀ, ਪਰਮਾਤਮਾ ਭਲੀ ਕਰੇ, ਬਹੁਤ ਮਿਹਰਬਾਨੀ ਕਲਦੀਪ ਭਾਅ ਜੀ ਤੁਹਾਡੀ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਹ ਗਿਆਨ ਸਿੰਘ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਜੀ। ਜੀ ਹਾਂਜੀ ਜੀ, ਕੀ ਕਹਿਣਾ ਚਾਹੁੰਦੇ ਜੀ? ਜਿਵੇਂ ਤੁਸੀਂ ਦੱਸਿਆ ਸਾਡੇ ਪਰਿਵਾਰ ਚੋਂ ਗੱਲ ਹੈ ਨਹੀਂ। ਅੱਛਾ ਜੀ। ਸਾਡਾ ਪਰਿਵਾਰ ਤੇ ਜਾ ਕੇ ਬਹੁਤ ਖੁਸ਼ ਹੁੰਦਾ ਹੈ ਜੀ। ਠੀਕ ਹੈ ਜੀ। ਤੇ ਸਾਡੇ ਕੁੜੀਆਂ ਵੀ, ਸਾਡੇ ਕੁੜੀਆਂ ਦੇ ਨਿਆਣੇ ਵੀ, ਨਿਆਣੇ ਦੇ ਗਾਹ ਨਿਆਣੇ ਵੀ। ਹੁਣ ਮੇਰਾ ਆਪਣਾ ਇੱਕੋ ਮੁੰਡਾ ਸੀਗਾ ਕਹਿੰਦਾ ਜੀ, ਮੈਂ ਤੇ ਅਸੀਂ ਵੀ ਦੋਨੋਂ ਸੀਗੇ ਤੇ ਇੱਕੋ ਨੌ ਪੁੱਤ ਮੇਰੇ ਆ ਜੀ। ਉਹਨਾਂ ਦਾ ਇੱਕ ਇੱਕ ਚੱਕਰ ਲਾਜ਼ਮੀ ਸਾਲ ਚ ਮਾਰਨਾ ਆ, ਅਸੀਂ ਦੋ ਵੀ ਮਾਰਦੇ ਰਹਿੰਦੇ ਹਾਂ। ਨਿਆਣੇ ਜਿਹੜੀ ਗਾਹ ਹੈਗੀ ਜਾਂ ਗਾਹ ਜਿਹੜੀ ਥਰਡ ਜਨਰੇਸ਼ਨ ਉਹ ਜਾਂਦੀ ਗਾਹ ਕਰੋ, ਗਾਹ ਮੇਰਾ ਪੋਤਾ ਹੋ ਗਿਆ, ਠੀਕ ਨੇ ਜੀ, ਜਾਂਦੇ ਜੀ। ਜਦੋਂ ਚੌਂਤੀ ਸਾਲ ਉਹਦੀ ਉਮਰ ਹੋ ਗਈ ਹੈ ਮੇਰੇ ਪੋਤੇ ਦੀ, ਉਹਦੇ ਦੋ ਨਿਆਣੇ ਆ, ਵੱਡਾ ਉਹਦਾ ਮੁੰਡਾ 8 ਸਾਲ ਦਾ ਤੇ ਕੁੜੀ 4 ਸਾਲ ਦੀ, ਠੀਕ ਨੇ। ਹੁਣ ਅਸੀਂ ਅਕਤੂਬਰ ਚ ਗਏ ਸੀਗੇ ਤੇ ਮੈਂ ਕਿਹਾ ਚਲ ਕਾਕਾ ਚੱਲੀਏ, ਵੀ ਨਹੀਂ ਚੱਲਿਆ। ਕਹਿੰਦਾ ਪਾਪਾ ਜੀ ਮੇਰਾ ਤਾਂ ਬਹੁਤ ਜੀ ਕਰਦਾ ਪਰ ਛੁੱਟੀਆਂ ਨੀ ਮਿਲਦੀਆਂ ਮੁੰਡੇ ਕਾਕੇ ਨੂੰ, ਪੜੋਤੇ ਮੇਰੇ ਨੂੰ। ਉਹ ਉਹਦੀ ਟੀਚਰ ਕਹਿੰਦੀ ਵੀ ਇੱਕ ਮੈਂ ਸਾਲ ਪਿੱਛੇ ਪਾ ਦੇਣਾ ਜੇ ਛੁੱਟੀ ਕੀਤੀ, ਤੇ ਮੈਂ ਇਸ ਕਰਕੇ ਮੈਂ ਕਿਹਾ ਕੋਈ ਨੀ। ਅੱਛਾ ਅਸੀਂ ਅਕਤੂਬਰ ਚ ਨਵੰਬਰ ਚ ਆ ਗਏ ਆ ਤੇ ਉਹ ਦਸੰਬਰ 13 ਨੂੰ ਚਲੇ ਗਏ ਆ ਬਿਲਕੁਲ ਨੋਰਮਲ ਗੱਲ ਹੀ ਹੈਗੀ ਆ। ਸਾਡੇ ਪਰਿਵਾਰ ਦੇ ਸਾਰੇ ਮੈਂਬਰ ਜਾ ਕੇ ਖੁਸ਼ ਆ ਉੱਥੇ, ਹੈ ਜੀ। ਤੁਰਿਆ ਹੀ ਰਹਿੰਦਾ, ਕੁੜੀਆਂ ਹੋਣ, ਨਿਆਣੇ ਕੋਈ ਤੁਰਿਆ ਹੀ ਰਹਿੰਦਾ ਆ। ਗਿਆਨ ਸਿੰਘ ਜੀ, ਬਿਗਾੜ ਲਿਆ ਨਾ, ਇਹ ਤਾਂ ਬਚਪਨ ਤੋਂ ਬੱਚੇ ਨੂੰ ਸੁਧਾਰਨਾ ਸਮਝਾਉਣਾ ਬਜਾਣਾ ਪੈਂਦਾ, ਠੀਕ ਨੇ। ਸਾਡੇ ਤਾਂ ਪੜੋਤੇ ਪੜੋਤੀ ਨੂੰ ਇੰਨਾ ਚਾਹ ਜਾਣਦਾ, ਮੈਂ ਪੁੱਛਿਆ ਪੋਤੀ 4 ਸਾਲ ਦੀ, ਮੈਂ ਕਿਹਾ ਰਸਤੇ ਤੰਗ ਤੰਗ ਕੀਤਾ, ਮੇਰੇ ਪੋਤਾ ਪੋਤਨੋਂ ਕਹਿੰਦੇ ਪਾਪਾ ਜੀ ਤਾਂ ਨੱਚਦੇ ਆ ਜਾਂ ਜਹਾਜ਼ ਦੇ ਵਿੱਚ ਇੰਡੀਆ ਦੇ ਚਾਰ ਆ। ਮੈਂ ਹੁਣ ਉਹ ਦਿੱਲੀ ਤੇਕਰ, ਆਗਰੇ ਤੇਕਰ, ਇੱਧਰ ਆਪਣੇ ਦਰਬਾਰ ਸਾਹਿਬ ਅੰਮ੍ਰਿਤਸਰ ਕਿੱਥੇ ਘੁੰਮੀ ਜਾਂਦੇ ਆ, ਉਹ ਨਿਆਣੇ ਇੰਨਾ ਚਾਰ ਨਿਆਣਿਆਂ ਨੂੰ ਘੁੰਮੀ ਜਾਂਦੇ ਆ, ਹੈ ਜੀ। ਤਿੰਨ ਕੁ ਵਿਆਹ ਵੀ ਸੀ ਉਹ ਵੀ ਅਟੈਂਡ ਕੀਤੇ ਆ, ਇੱਕ ਰਹਿ ਗਿਆ, ਉਹਦੇ ਨਿਆਣੇ ਖੁਸ਼ ਹੀ ਬਹੁਤ ਆ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਔਰ ਬਹੁਤ ਚੰਗੀ ਗੱਲ ਤੁਸੀਂ ਦੱਸੀ, ਬਹੁਤ ਚੰਗੀ ਗੱਲ, ਬਹੁਤ ਮਿਹਰਬਾਨੀ ਜੀ। ਇਸ ਤਰ੍ਹਾਂ ਦਾ ਮਾਹੌਲ ਹੋਣਾ ਚਾਹੀਦਾ, ਮੈਂ ਸਮਝਦਾ ਅਗਰ ਘਰਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਆ ਤਾਂ ਬੱਚੇ ਇੰਡੀਆ ਜਾਣ ਤੋਂ ਕੰਨੀ ਨਹੀਂ ਕਤਰਾਉਣਗੇ, ਇੰਡੀਆ ਚਾਹ ਚਾਹ ਦੇ ਨਾਲ ਜਾਣਗੇ। ਬੇਸ਼ੱਕ ਉੱਥੇ ਸਿਸਟਮ ਖਰਾਬ ਆ ਜਾਂ ਬੇਸ਼ੱਕ ਉੱਥੇ ਹੋਰ ਬੜਾ ਕੁਛ ਹੈਗਾ, ਸਾਰੇ ਘਰਾਂ ਦੇ ਵਿੱਚ ਐਸੀ ਗੱਲ ਨਹੀਂ ਹੈਗੀ, ਫਿਰ ਵੀ ਇਹ ਸਾਡੀ ਕੋਸ਼ਿਸ਼ ਇਹ ਹੁੰਦੀ ਵੀ ਆਪਾਂ ਹੋਕਾ ਤਾਂ ਦਈਏ, ਘੱਟੋ ਘੱਟ ਕੋਈ ਨਾ ਕੋਈ ਹੋਕਾ ਸੁਣ ਕੇ ਅਤੇ ਜਾਗੂਗਾ, ਕੋਈ ਨਾ ਕੋਈ ਹੋਕਾ ਸੁਣ ਕੇ ਚੰਗੀ ਗੱਲ ਸਾਨੂੰ ਜ਼ਰੂਰ ਦੱਸੂਗਾ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਜੀ ਬ੍ਰੇਕ ਤੋਂ ਬਾਅਦ ਫਟਾਫਟ ਕਾਲਾਂ ਲੈ ਲੈਂਦੇ ਹਾਂ, ਕੀ ਵਿਚਾਰ ਨੇ ਤੁਹਾਡੇ? ਹੈਲੋ ਹੈਲੋ, ਆਪਣੀ ਕਿਹੜੀ ਕਾਸਟ ਨਾਲ ਸੰਬੰਧ ਰੱਖਦੇ? ਪਟਿਆਲਾ ਘਰਾਣਾ ਜੀ, ਮਰਦਾਨਾ ਜੀ ਦੇ ਕਹਿੰਦੇ ਵੰਸ਼ ਤੋਂ ਹੈਗੇ ਸੀਗੇ ਆਪਣੇ ਆਪ। ਅੱਛਾ, ਉਹਨਾਂ ਦੇ ਵੰਸ਼ ਤੋਂ ਸੀਗੇ। ਅੱਛਾ, ਦੁੱਖ ਹੋਇਆ, ਬਾਕੀ ਜਿੱਦਾਂ ਕਨਵਰ ਗਰੇਵਾਲ ਆ, ਏਦਾਂ ਇਹਨਾਂ ਦੇ ਗਾਣੇ ਸੀ। ਹਾਂਜੀ ਹਾਂਜੀ, ਪਰ ਇਹਨਾਂ ਨੂੰ ਉਹ ਨਹੀਂ ਪ੍ਰਸਿੱਧੀ ਜਾਂ ਪੈਸਾ ਨਹੀਂ ਮਿਲਿਆ ਉਹਨਾਂ ਪੈਸਾ ਨਹੀਂ ਮਿਲਿਆ। ਬਾਕੀ ਹੁਣ ਇਹ ਸੀ ਇੱਕ ਸ਼ਿਵ ਕੁਮਾਰ ਬਟਾਲਵੀ ਹੋਇਆ ਪਹਿਲਾਂ ਜੀ, ਉਹਨਾਂ ਦੇ ਗਾਣਿਆਂ ਦਾ ਵੀ ਕੋਈ ਮਤਲਬ ਸੀਗਾ ਜੀ। ਤੁਸੀਂ ਉਹਨਾਂ ਦਾ ਇੱਕ ਗਾਣਾ ਸੁਣਿਆ ਹੋਣਾ, ਭੱਠੀ ਵਾਲੀਏ ਚੰਬੇ ਦੀ ਡਾਲੀਏ, ਉਹਦਾ ਜਿਹੜਾ ਅੰਤੜਾ ਸੀ ਉਹਦੇ ਮੈਨੂੰ ਵਰਡਿੰਗ ਆਉਂਦੀ ਆ, ਛੇਤੀ ਛੇਤੀ ਕਰ ਅਸੀਂ ਜਾਣਾ ਬੜੀ ਦੂਰ ਨੀ, ਜਿੱਥੇ
ਇੱਥੇ ਸਾਡਾ ਤੁਰ ਗਿਆ ਭਰਾਵਾਂ ਦਾ ਪੂਰ ਨੀ, ਸਖੀਆਂ ਦਾ ਪੂਰ ਨੀ, ਹਾਂਜੀ ਸਖੀਆਂ ਦਾ ਪੂਰ ਨੀ, ਉੱਥੇ ਸੁਣੀ ਉਸ ਪਿੰਡ ਦਾ ਸੁਣੀਦਾਰਾ ਮਾੜਾ। ਇਸ ਕਰਕੇ ਏਦਾਂ ਦੇ ਗਾਣਿਆਂ ਦੀ ਬਰਡਨ ਸੀਗੀ, ਹੁਣ ਤਾਂ ਐਵੇਂ ਲੱਚਰ ਗਾਣੇ ਗਾਉਂਦੇ ਇਹਨਾਂ ਦਾ ਕੀ। ਅਸੀਂ ਸਾਂਝੇ ਕਰਦੇ ਰਹੀਦਾ ਜੀ ਪ੍ਰੋਗਰਾਮ ਇਸ ਤਰ੍ਹਾਂ, ਬਹੁਤ ਮਿਹਰਬਾਨੀ ਸਰ, ਬਹੁਤ ਮਿਹਰਬਾਨੀ ਤੁਹਾਡੀ। ਹੈਲੋ ਹੈਲੋ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਹੁਣ ਜਦ ਨਾ ਕੋ ਪੇਕਿਆਂ ਤੋਂ ਹੋ ਨਾ ਸਹੁਰਿਆਂ ਤੋਂ, ਉਹ ਤਾਂ ਜਾਣਾ ਜਾਣਗੇ ਕਿੱਥੇ, ਇਹ ਵੀ ਲੌਜੀਕ ਹੈਗਾ ਗੱਲ। ਸਾਡੇ ਚਾਰ ਫੈਮਲੀਆਂ ਵੱਡਿਆਂ ਚੋਂ ਤੇ ਤਿੰਨ ਕ ਬੁੜੀਆਂ ਹੀ ਆ ਹੁਣ ਉੱਥੇ, ਜੋ ਨਿਆਣੇ ਬਾਹਰ ਹੁਣ ਸੈੱਟ ਹੋ ਗਿਆ ਹੌਲੀ ਹੌਲੀ ਉਹ ਵੀ ਆ ਜਾਣਗੇ। ਚਲੋ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਰਾਜੇ ਤਾਂ ਕੈਨੇਡਾ ਤੋਂ ਬਹੁਤੀ ਗਈ, ਉਹ ਕਹਿੰਦੀ ਚਾਚੀ ਜੀ ਭਰਮਦੇ ਨੇ ਲੁੱਟ ਕੇ ਲੈ ਜਾਣਾ ਆਪਣੀਆਂ ਚ, ਤਾਂ ਸਾਡੇ ਪਿੰਡ ਚ ਕੋਈ ਆਮ ਹੈ ਹੀ ਨਹੀਂ। ਪੇਕਿਆਂ ਨੂੰ ਵੀ ਸਭ ਇੱਧਰ ਨੂੰ ਆਈ ਜਾਂਦੇ ਨਿਆਣੇ, ਇੱਕ ਬੁੱਢੀ ਨੂੰ ਅਜੇ 25 ਸਾਲ ਹੋ ਗਏ, ਆਈ ਨੂੰ ਅਜੇ ਤਾਈ ਨੀ ਗਈ। ਜੀ ਜੀ ਜੀ। ਤੇ ਨਿੱਕੀ ਦਾ ਕਾਕਾ ਗਿਆ ਸੀ 8 ਸਾਲਾਂ ਦਾ, ਮਹਾਰਾਜ ਜਾਣੇ ਉਹ ਕਹਿੰਦਾ ਆਪਦੇ ਡੈਡੀ ਨੂੰ ਆਣ ਕੇ, ਵੀ ਮੈਂ ਨੀ ਡੈਡੀ ਮੁੜ ਕੇ ਨਹੀਂ ਜਾਂਦਾ, 8 ਸਾਲਾਂ ਦਾ ਹੀ ਗਿਆ ਪਹਿਲੀ ਵਾਰ ਲੈ ਕੇ ਗਈ ਦਾਦੀ। ਮਿਹਰਬਾਨੀ ਭੈਣ ਜੀ, ਬਹੁਤ ਮਿਹਰਬਾਨੀ ਤੁਹਾਡੀ। ਚੰਗਾ ਜੀ, ਚੰਗਾ ਸਰ। ਇਹ ਬਾਕੀ ਗੱਲਾਂ ਹਜੇ ਕਾਫੀ ਹੈਗੀਆਂ, ਪਰ ਮੈਂ ਗੱਲਾਂ ਹੋਰ ਨਹੀਂ ਲੈ ਹੋਣੀਆਂ, ਮਾਫੀ ਚਾਹੁੰਦਾ। ਗੱਲ ਜਿਹੜੀ ਉਹਨੂੰ ਥੋੜਾ ਜਿਹਾ ਵਾਈਂਡ ਅਪ ਕਰ ਦਈਏ, ਵਾਕਿਆ ਇਹ ਡਿਪੈਂਡ ਕਰਦਾ ਕੁਛ ਘਰਾਂ ਦੇ ਵਿੱਚ ਕੈਸਾ ਮਾਹੌਲ ਹੁੰਦਾ, ਕੈਸਾ ਹੁੰਦਾ, ਪਰ ਜਿਹੜੇ ਚਾਹੁੰਦੇ ਨੇ ਲੋਕ, ਜਿਹੜੇ ਕਰਦੇ ਨੇ, ਉਹ ਅਜੇ ਵੀ ਕਰਦੇ ਨੇ, ਚਾਹੇ ਬਾਹਰਲੇ ਮੁਲਕਾਂ ਦੀ ਗੱਲ ਕਰੀਏ, ਚਾਹੇ ਪੰਜਾਬ ਦੀ ਗੱਲ ਕਰੀਏ। ਸਾਡੇ ਪਿੰਡੋਂ ਦਿੱਲੀ ਸ਼ਿਫਟ ਹੋ ਗਿਆ ਸੀ ਪਰਿਵਾਰ ਇੱਕ, ਅਤੇ ਪਿੰਡ ਦੇ ਵਿੱਚ ਉਹਨਾਂ ਦੇ ਕੋਈ ਬਾਹਲਾ ਮਿਲਣ ਵਰਤਣ ਵਾਲਾ ਹੈ ਨਹੀਂ ਸੀ, ਪਰ ਫਿਰ ਵੀ ਉਹ ਗਾਹੇ ਵਿਗਾਹੇ ਬੰਦਾ ਆ ਕੇ ਪਿੰਡ ਦੇ ਜਿੰਨੇ ਕੁ ਬੰਦੇ ਜਾਣ ਪਛਾਣ ਵਾਲੇ ਹੈਗੇ ਪੁਰਾਣੇ, ਉਹਨਾਂ ਨੂੰ ਇਕੱਠੇ ਕਰਕੇ, ਉਹਨਾਂ ਨੂੰ ਖਾਓ ਪੀਓ ਇਕੱਠੇ, ਖਾਣਾ ਖੁਣਾ ਬਣਾ ਕੇ ਹਵੇਲੀ ਦੇ ਵਿੱਚ ਬਾਹਰ, ਅਤੇ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਉੱਥੇ ਵਧੀਆ ਮਿਲ ਮੁਲ ਕੇ ਜਾਂਦੇ ਸੀ। ਵੀ ਇੱਦਾਂ ਇੱਧਰਲੇ ਮੁਲਕਾਂ ਤੋਂ ਵੀ ਲੋਕ ਜਾਂਦੇ ਨੇ, ਆਪਣੇ ਦੋਸਤਾਂ ਮਿੱਤਰਾਂ ਕੋਲ ਜਾਂਦੇ ਆ, ਪਰ ਜਾਂਦੇ ਜ਼ਰੂਰ ਆ। ਸੋ ਸਾਨੂੰ ਕੋਸ਼ਿਸ਼ ਕਮੀ ਉੱਥੇ ਪੈਂਦੀ ਹੈ, ਪੰਗਾ ਉੱਥੇ ਪੈਂਦਾ ਜਦੋਂ ਅਸੀਂ ਬੱਚਿਆਂ ਨੂੰ ਲੈ ਕੇ ਨਹੀਂ ਜਾਂਦੇ ਛੇ ਛੇ ਦੀ, ਔਰ ਉਹ ਇੱਧਰਲੇ ਸਿਸਟਮ ਦੇ ਆਦੀ ਹੋ ਚੁੱਕੇ ਹੁੰਦੇ, ਉੱਧਰਲੇ ਸਿਸਟਮ ਤੋਂ ਉਹ ਦੁਖੀ ਹੋ ਜਾਂਦੇ ਨੇ। ਉਮੀਦ ਕਰਦਾ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਈਮੇਲ ਕਰ ਸਕਦੇ ਹੋ jaggi@chasbroadcasting.com ਜਾਂ ਫਿਰ info@chasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ, ਨਾਲ ਦੀ ਨਾਲ ਮੇਰਾ ਸੈੱਲ ਨੰਬਰ ਤੁਹਾਡੇ ਕੋਲ 209-450-33-12। ਅਖੀਰ ਦੇ ਸਭ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ।